ਪੰਜਾਬ ਮੇਲ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਗੁਰਜਤਿੰਦਰ ਸਿੰਘ ਰੰਧਾਵਾ, ਇੱਕ ਵਾਰੀ ਫਿਰ ਹਾਜ਼ਰ ਹੋਏ ਹਾਂ ਸਾਡੇ ਇੱਥੋਂ ਦੇ ਨਾਮਵਾਰ ਅਟਾਰਨੀ ਸਰਦਾਰ ਜਸਪ੍ਰੀਤ ਸਿੰਘ ਹੋਰਾਂ ਨੂੰ ਨਾਲ ਲੈ ਕੇ। ਇਹਨਾਂ ਨੂੰ ਪੁੱਛਾਂਗੇ ਅੱਜ ਫਿਰ ਇੱਕ ਵਾਰੀ ਸਵਾਲ ਜਵਾਬ ਕਰਾਂਗੇ ਇਹਨਾਂ ਨਾਲ ਕੀ ਤੁਹਾਡੇ ਇਮੀਗ੍ਰੇਸ਼ਨ ਦੇ ਮਸਲੇ ਆ। ਸਰਦਾਰ ਜਸਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਪੰਜਾਬ ਮੇਲ 'ਚ। ਰੰਧਾਵਾ ਸਾਹਿਬ, ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਅਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੰਧਾਵਾ ਸਾਹਿਬ, ਜਿਹੜੀਆਂ ਅਪਡੇਟਸ ਨੇ ਕਾਫੀ ਨੇ, ਆਪਾਂ ਜਿਵੇਂ ਹੁਣ ਗੱਲਬਾਤ ਕਰ ਰਹੇ ਸੀ ਪਹਿਲਾਂ ਵੀ ਸਟੂਡੈਂਟ ਵੀਜ਼ੇ ਬਾਰੇ ਜਿਹੜੀ ਅਪਡੇਟ ਆ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ, ਉੱਥੋਂ ਸ਼ੁਰੂ ਕਰਦੇ ਹਾਂ। ਜੀ ਜੀ, ਜਿਵੇਂ ਕਿ ਆਪਾਂ ਪਹਿਲਾਂ ਲਾਸਟ ਟਾਈਮ ਡਿਸਕਸ ਕੀਤਾ ਸੀ ਕਿ ਇਸ ਐਡਮਿਨਿਸਟ੍ਰੇਸ਼ਨ ਨੇ ਕਿਹਾ ਵੀ ਜਿਹੜੇ ਫਾਲ ਤੋਂ ਜਿਹੜੇ ਕਲਾਸਿਸ ਸ਼ੁਰੂ ਹੋਣੀਆਂ ਸਪਟੈਂਬਰ ਤੋਂ, ਉਹਦੇ 'ਚ ਜਿਹੜੇ ਸਟੂਡੈਂਟ ਔਨਲਾਈਨ ਮਤਲਬ ਕਲਾਸਿਸ ਲੈਣਗੇ, ਇਨ ਪਰਸਨ ਨਹੀਂ ਲੈਣਗੇ, ਉਹਨਾਂ ਦੇ ਜਿਹੜੇ ਸਟੂਡੈਂਟ ਵੀਜ਼ੇ ਉਹ ਕੈਂਸਲ ਕਰਕੇ ਉਹਨਾਂ ਨੂੰ ਰਿਪੋਰਟ ਕੀਤਾ ਜਾਏਗਾ। ਜੀ ਜੀ, ਉਹ ਇਹਨਾਂ ਨੇ ਹੁਣ ਫਿਰ MIT ਨੇ, ਹਾਰਵਰਡ ਨੇ ਅਤੇ ਹੋਰ ਯੂਨੀਵਰਸਿਟੀਆਂ ਨੇ ਕੋਰਟ 'ਚ ਕੇਸ ਕੀਤਾ ਅਤੇ ਉਹਨੂੰ 17 ਜਿਹੜੀਆਂ ਸਟੇਟਾਂ ਦੇ ਅਟਾਰਨੀ ਜਨਰਲਾਂ ਨੇ ਜੁਆਇਨ ਕੀਤਾ ਅਤੇ ਇੱਕ ਜੌਨ ਹੌਪਕਿਨ ਨੇ ਕੀਤਾ ਅਤੇ ਮੁੜ ਕੇ ਜੋ ਡੇਟ ਸੀ ਅਤੇ ਉਦੋਂ ਇਸ ਐਡਮਿਨਿਸਟ੍ਰੇਸ਼ਨ ਨੇ ਉਹ ਫੈਸਲਾ ਵਾਪਸ ਲੈ ਲਿਆ ਅਤੇ ਇਹਨਾਂ ਨੇ ਕਿਹਾ ਵੀ ਕੋਈ ਵੀ ਬੰਦਾ ਜਿਹੜਾ ਆਲਰੇਡੀ ਇਨਰੋਲਡ ਹੈਗਾ, ਜਿਹਨੇ ਹੁਣ ਆਹ ਜਿਹੜਾ ਪਹਿਲਾ ਸਮੈਸਟਰ ਗਿਆ, ਜਿਵੇਂ ਜਿਹੜਾ ਪਿੱਛੇ ਸਮੈਸਟਰ ਜਾਂ ਸਮਰ ਦਾ ਸੀ ਜਾਂ ਸਪਰਿੰਗ ਵਾਲਾ ਸੀਗਾ, ਅਤੇ ਉਹਨੇ ਅਗਾਂਹ ਫਾਲ ਦੇ ਵਿੱਚ ਇਨਰੋਲ ਕਰਨਾ, ਜੇ ਯੂਨੀਵਰਸਿਟੀ ਨਹੀਂ ਕਲਾਸਿਸ ਔਫਰ ਕਰ ਰਹੀ ਤਾਂ ਉਹਨੂੰ ਰਿਪੋਰਟ ਨਹੀਂ ਕੀਤਾ ਜਾਊਗਾ, ਉਹ ਇੱਥੇ ਮਤਲਬ ਪੜ੍ਹ ਸਕਦਾ। ਜੀ, ਹੁਣ ਇਹਨਾਂ ਨੇ ਫਰਾਈਡੇ ਨੂੰ ਇੱਕ ਨਵਾਂ ਜਾਰੀ ਕਰਤਾ ਅਤੇ ਉਹ ਇਹਨਾਂ ਨੇ ਇਹ ਆਰਡਰ ਜਾਰੀ ਕੀਤਾ ਨਵਾਂ ਵੀ ਜਿਹੜੇ ਸਟੂਡੈਂਟਾਂ ਨੂੰ ਸਟੂਡੈਂਟ ਵੀਜ਼ਾ ਲੱਗਿਆ ਹੋਇਆ ਪਰ ਉਹਨਾਂ ਨੇ ਅਜੇ ਆਹ ਜਿਹੜਾ ਪਿਛਲਾ ਸਮੈਸਟਰ ਆ ਮਤਲਬ ਸਪਰਿੰਗ ਦਾ ਜਾਂ ਜਿਹੜਾ ਸਮਰ ਦਾ ਉਹਦੇ ਵਿੱਚ ਕਲਾਸਾਂ ਨਹੀਂ ਲਈਆਂ ਜਾਂ ਇਹ ਨਹੀਂ ਕਹਿ ਲਓ ਜਾਂ ਆ ਕੇ ਚਲੇ ਗਏ, ਅਤੇ ਉਹ ਜੇ ਹੁਣ ਫਾਲ ਦੇ ਵਿੱਚ ਇੱਥੇ ਦੁਬਾਰਾ ਆ ਕੇ ਸਟੂਡੈਂਟ ਵੀਜ਼ੇ 'ਤੇ ਮਤਲਬ ਪੜ੍ਹਨਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਇਹ ਗੱਲ ਜਿਹੜੀ ਹੈਗੀ ਆ ਉਹ ਜ਼ਰੂਰੀ ਆ ਕਿ ਉਹ ਇਨ ਪਰਸਨ ਕਲਾਸਿਸ ਲੈਣ। ਜੇ ਉਹਨਾਂ ਨੂੰ ਇਨ ਪਰਸਨ ਕਲਾਸਿਸ ਨਹੀਂ ਹੋਣਗੀਆਂ, ਔਨਲਾਈਨ ਕਲਾਸਿਸ ਹੀ ਹੋਣਗੀਆਂ, ਤਾਂ ਉਹਨਾਂ ਦਾ ਸਟੂਡੈਂਟ ਵੀਜ਼ਾ ਜਿਹੜਾ ਰਿਵੋਕ ਕਰ ਦਿੱਤਾ ਜਾਏਗਾ, ਉਹਨਾਂ ਨੂੰ ਸਟੂਡੈਂਟ ਵੀਜ਼ਾ ਕੈਂਸਲ ਹੋ ਜਾਏਗਾ ਅਤੇ ਉਹ ਨਹੀਂ ਆ ਸਕਦੇ। ਸੋ ਇਹਦਾ ਹੁਣ ਅਸਰ ਜਿਹੜਾ ਸੁਭਾਵਿਕ ਹੀ ਆ ਵੀ ਉਹ ਮਤਲਬ ਕਾਫੀ ਜ਼ਿਆਦਾ ਪੈਣਾ ਉਹਨਾਂ ਸਟੂਡੈਂਟਸ 'ਤੇ ਜਿਹਨਾਂ ਨੂੰ ਵੀਜ਼ਾ ਲੱਗਿਆ ਹੋਇਆ ਪਰ ਉਹ ਆ ਨਹੀਂ ਸਕੇ ਜਾਂ ਉਹਨਾਂ ਨੇ ਪਿੱਛੇ ਕਲਾਸਾਂ ਨਹੀਂ ਲਈਆਂ ਜਾਂ ਕਿ ਆ ਕੇ ਚਲੇ ਗਏ ਫਿਰ ਆਉਣਾ ਚਾਹੁੰਦੇ ਆ। ਸੋ ਉਹਦੇ 'ਚ ਜਿਹੜੇ ਇਨ ਪਰਸਨ ਕਲਾਸਿਸ ਜਿਹਨਾਂ ਦੇ ਨਹੀਂ ਹੈਗੀਆਂ ਇਨ ਪਰਸਨ ਤੋਂ ਬਿਨਾਂ ਔਨਲਾਈਨ ਕੰਟੀਨਿਊ ਕਰ ਸਕਦੇ ਆ, ਪਰ ਨਵਾਂ ਬੰਦਾ ਜੇ ਆਊਗਾ ਤਾਂ ਉਹਨੂੰ ਇਹ ਵੀਜ਼ਾ ਨਹੀਂ ਮਿਲੇਗਾ। ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਸਾਡੇ ਇੱਥੋਂ ਦੇ ਪ੍ਰੈਜ਼ੀਡੈਂਟ ਆ ਟਰੰਪ ਸਾਹਿਬ ਉਹ ਸਖਤੀ ਤੇ ਸਖਤੀ ਕਰ ਰਹੇ ਆ, ਰੋਜ਼ ਨਵੇਂ ਨਵੇਂ ਰੂਲ ਕੱਢ ਰਹੇ ਆ, ਪਰ ਦੇਖਣ 'ਚ ਇਹ ਵੀ ਹੁੰਦਾ ਵੀ ਬਹੁਤ ਸਾਰੇ ਰੂਲ ਉਹਨਾਂ ਨੇ ਪਹਿਲਾਂ ਵੀ ਆਪਣੇ ਜਾਰੀ ਕੀਤੇ ਪਰ ਉਹ ਕਈ ਵਾਰੀ ਮੈਂ ਦੇਖਿਆ ਵੀ ਕੋਰਟਾਂ 'ਚ ਫੇਲ ਹੋ ਜਾਂਦੇ ਆ। ਕੀ ਇਸ ਰੂਲ ਬਾਰੇ ਕੋਈ ਕੋਰਟ 'ਚ ਕਿਸੇ ਨੇ ਰਿਟ ਕੀਤੀ ਆ? ਨਹੀਂ, ਇਹ ਤਾਂ ਅਜੇ ਹੁਣੇ ਜਾਰੀ ਹੋਇਆ ਫਰਾਈਡੇ ਨੂੰ। ਜੀ ਜੀ, ਤਾਂ ਇਹਦੇ 'ਚ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਫਾਲ ਦੇ ਜਿਹੜੇ ਸਟੂਡੈਂਟਸ ਆਉਣੇ ਆ ਉਹਨਾਂ 'ਤੇ ਪ੍ਰੋਬਲਮ ਆਊਗੀ। ਸੋ ਇਹਦਾ ਵੀ ਮੈਨੂੰ ਲੱਗਦਾ ਵੀ ਕੋਰਟ ਦੇ ਵਿੱਚ ਚੈਲੰਜ ਹੋਏਗਾ ਇਹ ਵੀ। ਇਹ ਤਾਂ ਹੁਣ ਮਤਲਬ ਰੀਸੈਂਟ ਆ। ਇਹਦੇ ਨਾਲ ਨਾਲ ਜਿਹੜੀ ਆਪਾਂ ਕੋਰਟ ਦੀ ਗੱਲ ਕਰ ਲਈਏ ਵੀ ਇੱਕ ਇਹਨਾਂ ਨੇ ਪਿੱਛੇ ਜੇ ਇਹ ਜਦੋਂ ਬੈਨ ਲਾਇਆ ਸੀਗਾ ਇੱਥੇ ਇਮੀਗ੍ਰੇਸ਼ਨ ਦਾ ਦਸੰਬਰ ਤੱਕ, ਅਤੇ ਤੁਹਾਨੂੰ ਯਾਦ ਹੋਊਗਾ ਇੱਕ ਤਾਂ ਇਹਨਾਂ ਨੇ ਇਮੀਗ੍ਰੈਂਟ ਵੀਜ਼ਿਆਂ ਦਾ ਬੈਨ ਲਾਇਆ ਸੀ ਕਿ ਜੀ ਜਿਹੜੇ ਹਸਬੈਂਡ ਵਾਈਫ ਤੋਂ ਬਿਨਾਂ ਮਤਲਬ ਸਿਟੀਜ਼ਨ ਦਾ ਹਸਬੈਂਡ ਵਾਈਫ ਅਤੇ 21 ਸਾਲ ਤੋਂ ਘੱਟ ਬੱਚਾ ਜਿਹੜੀ ਉਹ ਕੈਟੇਗਰੀ ਆ, ਉਹ ਤੋਂ ਬਿਨਾਂ ਬਾਕੀ ਸਾਰਿਆਂ ਦੇ ਤਕਰੀਬਨ ਜਿੰਨੀ ਫੈਮਿਲੀ ਇਮੀਗ੍ਰੇਸ਼ਨ ਦਾ ਬੈਨ ਲਾਤਾ ਸੀ, ਜਿਵੇਂ ਹੁਣ ਸਿਟੀਜ਼ਨ ਆਪਣੇ ਮਾਂ ਬਾਪ ਦਾ ਅਪਲਾਈ ਕਰਦਾ, ਆਪਣੇ ਭੈਣਾਂ ਭਰਾਵਾਂ ਦਾ ਅਪਲਾਈ ਕਰਦਾ, ਮੈਰਿਡ ਬੱਚਿਆਂ ਦਾ ਕਰਦਾ, ਅਨਮੈਰਿਡ ਬੱਚਿਆਂ ਦਾ ਕਰਦਾ, ਉਹ ਸਾਰਿਆਂ 'ਤੇ ਇਹਨਾਂ ਨੇ ਬੈਨ ਲਾਇਆ। ਇਹ ਕਿਹਾ ਕਿ ਉਹ ਜਿੰਨੇ ਵੀ ਆ ਉਹ ਮਤਲਬ ਦਸੰਬਰ ਤੱਕ ਉਹਨਾਂ ਦੀਆਂ ਇੰਟਰਵਿਊਜ਼ ਨਹੀਂ ਹੋਣਗੀਆਂ ਅਤੇ ਉਹ ਆ ਨਹੀਂ ਸਕਦੇ। ਪਰ ਉਹਦੇ ਨਾਲ ਨਾਲ ਇਹਨਾਂ ਨੇ ਉਹ ਬੈਨ ਜਿਹੜਾ ਸੀਗਾ ਉਹ ਪਹਿਲਾਂ ਲਾਇਆ ਅਪ੍ਰੈਲ ਤੋਂ ਜੂਨ ਤੱਕ, ਫਿਰ ਜੂਨ ਤੋਂ ਐਕਸਟੈਂਡ ਕਰਤਾ ਦਸੰਬਰ ਤੱਕ, ਅਤੇ ਉਹਦੇ ਨਾਲ ਜਿਹੜੇ 4 ਨੌਨ ਇਮੀਗ੍ਰੈਂਟ ਵੀਜ਼ੇ ਆ ਮੇਨ, ਜਿਵੇਂ H1 ਵੀਜ਼ਾ ਹੋ ਗਿਆ, L1 ਹੋ ਗਿਆ, J ਵੀਜ਼ਾ ਅਤੇ ਸਟੂਡੈਂਟ ਵੀਜ਼ਾ, ਇਹਨਾਂ 'ਤੇ ਵੀ ਲਾਤਾ ਪਿੱਛੇ ਵੀ ਇਹ ਵੀ ਜਿਹੜੇ ਇਸ਼ੂ ਨਹੀਂ ਕੀਤੇ ਜਾਣਗੇ। ਜੀ ਜੀ, ਹੁਣ ਜਿਹੜਾ H1 ਵੀਜ਼ਾ ਆ ਉਹ ਇੰਪੈਕਟ ਕਰਦਾ ਇੱਥੋਂ ਦੀ ਇੰਡਸਟਰੀ ਨੂੰ, ਜਿਹੜੇ ਖਾਸ ਕਰਕੇ ਜਿਹੜੇ ਕਿ ਇੱਥੇ ਵੱਡੀ ਇੰਡਸਟਰੀ ਆ ਜਿਵੇਂ ਗੂਗਲ ਹੋ ਗਿਆ, ਬੋਇੰਗ ਹੋ ਗਏ, ਐਪਲ ਹੋ ਗਏ, IT ਜਿਹੜੇ IT ਵਾਲੇ ਸਾਰੇ ਆ, ਅਤੇ ਈਵਨ ਦੂਜੇ ਵੀ ਜਿਹੜੇ ਹੋਰ ਵੀ ਆ, ਮਤਲਬ ਇਹ ਕਾਫੀ ਇੰਪੈਕਟ ਕਰਦਾ। ਜੀ ਜੀ, ਹੁਣ ਇਹਨਾਂ ਨੇ ਕਿਹਾ ਵੀ ਉਹ ਅਸੀਂ ਜਿਹੜਾ ਦਸੰਬਰ ਤੱਕ ਬਣਦਾ, ਉਹ ਜਿਹੜੇ ਇੰਡਸਟਰੀ ਵਾਲੇ ਹੈਗੇ ਆ ਉਹਨਾਂ ਨੇ, ਜਿਹੜੀਆਂ ਵੱਡੀਆਂ ਇੰਡਸਟਰੀਜ਼ ਨੇ ਜਿਹਨਾਂ ਵਿੱਚ ਕਿ ਚੈਂਬਰ ਆਫ ਕਾਮਰਸ ਵੀ ਅਮੈਰੀਕਾ ਦਾ, ਉਹਨਾਂ ਨੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਕੇਸ ਕਰਤਾ ਕਿ ਇਹ ਗਲਤ ਆ ਫੈਸਲਾ। ਜੀ ਜੀ, ਉਹ ਕੋਰਟ ਦੇ ਵਿੱਚ ਕੇਸ ਕੀਤਾ ਹੋਇਆ, ਉਹਦੀ ਵੀ ਹੁਣ ਅੱਗੇ ਡੇਟਸ ਆਉਣਗੀਆਂ ਅਤੇ ਉਹਦੇ 'ਚ ਵੀ ਹੁਣ ਦੇਖਣਾ ਪਏਗਾ ਵੀ ਕੀ ਹੁੰਦਾ, ਅਤੇ ਹੋ ਸਕਦਾ ਕਿ ਉਹ ਵੀ ਜਿਵੇਂ ਇਹਨਾਂ ਨੇ ਜਿਹੜਾ ਸਟੂਡੈਂਟ ਵਾਲਾ ਮਤਲਬ
ਵਾਪਸ ਲੈਣਾ ਪਿਆ ਇਹਨਾਂ ਨੂੰ, ਇੱਦਾਂ ਹੀ ਹੋ ਸਕਦਾ ਉਹ ਵੀ ਵਾਪਸ ਲੈਣਾ ਪਵੇ ਜਾਂ ਕੋਰਟ ਸਟੇਅ ਕਰ ਦੇਵੇ। ਸੋ ਉਹ ਹੁਣ ਅਗਲੀ ਵਾਰੀ ਆ ਜਿਹੜਾ ਆਹ ਕੀਤਾ ਫਰਾਈਡੇ ਨੂੰ, ਇਹਦੇ ਵੀ ਚੈਲੇਂਜ ਹੋਏਗਾ ਜੀ ਜੀ ਜੀ, ਇਹ ਵੀ ਅਗਲੇ ਵੀਕ ਤੱਕ ਉਮੀਦ ਆ ਵੀ ਚੈਲੇਂਜ ਹੋਣ ਦੀ। ਅਤੇ ਇਹ ਹੁਣ ਜਿਹੜੀ ਹੈਗੇ ਦੇਖਦੇ ਹਾਂ ਵੀ ਆਉਂਦੇ ਦਿਨਾਂ ਦੇ ਵਿੱਚ ਕਿਵੇਂ ਅਨਫੋਲਡ, ਜਿਹੜੀਆਂ ਜ਼ਿਆਦੀਆਂ ਸਖਤੀਆਂ ਕਰ ਰਹੀਆਂ ਕੀ ਇਹਦੇ 'ਚ ਆਉਣ ਵਾਲੀਆਂ ਇਲੈਕਸ਼ਨਾਂ ਜਿਹੜੀਆਂ, ਅੱਜ ਜਿਵੇਂ ਕਹਿੰਦੇ ਆ ਵੀ 100 ਦਿਨ ਰਹਿ ਗਿਆ ਇਲੈਕਸ਼ਨਾਂ ਨੂੰ, 3 ਨਵੰਬਰ ਨੂੰ ਇਲੈਕਸ਼ਨ ਹੋ ਰਹੀ, ਕੀ ਗੱਲ ਉਹਦੇ ਕਰਕੇ ਤਾਂ ਨਹੀਂ ਜ਼ਿਆਦਾ ਸਖਤੀ ਕਰ ਰਿਹਾ ਜੀ? ਨਹੀਂ, ਇਲੈਕਸ਼ਨ ਦਾ ਤਾਂ ਓਬਵੀਅਸਲੀ ਅਸਰ ਹੈ ਹੀ ਆ, ਕਿਉਂਕਿ ਜਿਹੜੀ ਇਹਨਾਂ ਦੀ ਬੇਸ ਹੈਗੀ ਆ ਉਹ ਚਾਹੁੰਦੀ ਆ ਕਿ ਇਮੀਗ੍ਰੇਸ਼ਨ ਨੂੰ ਜਿਹੜਾ ਹੈਗਾ ਉਹ ਇੱਥੇ ਸਖਤੀ ਕਰਨੀ, ਅਤੇ ਜਿਹੜੀ ਇਮੀਗ੍ਰੇਸ਼ਨ ਹੈਗੀ ਰਿਸਟ੍ਰਿਕਟ ਹੋਵੇ। ਅਤੇ ਇਮੀਗ੍ਰੇਸ਼ਨ ਜਿਹੜੀ ਫੈਮਿਲੀ ਬੇਸਡ ਇਮੀਗ੍ਰੇਸ਼ਨ ਆ, ਜਿਹਦਾ ਆਗਾਜ਼ ਕਿ ਪ੍ਰੈਜੀਡੈਂਟ ਕੈਨੇਡੀ ਤੋਂ ਹੋਇਆ ਅਮਰੀਕਾ ਦੇ ਵਿੱਚ, ਉਹਨੂੰ ਤਕਰੀਬਨ ਹੁਣ ਦੇਖ ਲਓ 60 ਸਾਲ ਹੋ ਗਏ। ਅਤੇ ਉਹਦਾ ਮਤਲਬ ਇਹ ਸੀਗਾ ਵੀ ਜੇ ਕੋਈ ਵੀ ਬੰਦਾ ਇੱਥੇ ਆਉਂਦਾ ਅਮਰੀਕਾ 'ਚ ਜਾਂ ਕਿਵੇਂ ਵੀ ਆ ਗਿਆ, ਜਿਹਨੂੰ ਗ੍ਰੀਨ ਕਾਰਡ ਮਿਲਦਾ ਉਹ ਸਿਟੀਜ਼ਨ ਬਣਦਾ, ਤਾਂ ਉਹਦਾ ਬੇਸਿਕਲੀ ਇਹ ਆ ਕਿ ਉਹ ਆਪਣੀ ਫੈਮਿਲੀ ਨੂੰ ਬੁਲਾਉਂਦਾ, ਆਪਣੇ ਆਪਣੇ ਵਾਈਫ ਨੂੰ ਜਾਂ ਹਸਬੈਂਡ ਨੂੰ ਜਾਂ ਜਿਹੜੇ ਛੋਟੇ ਬੱਚੇ ਕੀ ਸਾਰੇ, ਉਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਐਕਸਟੈਂਡ ਕਰਤਾ ਵੀ ਆਪਣੇ ਉਹ ਭੈਣਾਂ ਭਰਾਵਾਂ ਨੂੰ ਵੀ ਬੁਲਾ ਸਕਦਾ, ਉਹਨਾਂ ਦੇ ਬੱਚਿਆਂ ਨੂੰ ਵੀ ਬੁਲਾ ਸਕਦਾ ਜਿਹੜੇ 21 ਸਾਲ ਤੋਂ ਘੱਟ ਨੇ, ਅਤੇ ਆਪਣੇ ਮਾਂ ਬਾਪ ਨੂੰ ਵੀ ਬੁਲਾ ਸਕਦਾ, ਆਪਣੇ ਮੈਰਿਡ ਬੱਚਿਆਂ ਨੂੰ ਵੀ ਬੁਲਾ ਸਕਦਾ, ਚਾਹੇ ਉਹ ਜਿੰਨੀ ਮਰਜ਼ੀ ਉਮਰ ਦਾ ਹੋਵੇ ਮੈਰਿਡ ਬੱਚਾ, ਉਹਦੇ ਬੱਚਿਆਂ ਨੂੰ ਵੀ। ਇਹ ਜਿਹੜੀ ਲਾਅ ਬਣਿਆ ਹੋਇਆ ਬਕਾਇਦਾ ਹੈ ਕਾਂਗਰਸ ਦਾ, ਜਿਹਨੂੰ ਕਿ ਉਸ ਵਕਤ ਦੀ ਜਿਹੜੀ ਹਾਊਸ ਅਤੇ ਸੈਨੇਟ ਨੇ ਪਾਸ ਕੀਤਾ, ਪ੍ਰੈਜ਼ੀਡੈਂਟ ਨੇ ਸਾਈਨ ਕੀਤੇ ਆ, ਅਤੇ ਉਸ ਲਾਅ ਦੇ ਅੰਡਰ ਅਪਲਾਈ ਹੁੰਦਾ। ਹੁਣ ਉਹ ਲਾਅ ਨੂੰ ਤੁਸੀਂ ਇੱਕ ਆਰਡਰ ਦੇ ਨਾਲ ਚੇਂਜ ਨਹੀਂ ਕਰ ਸਕਦੇ ਜੀ ਜੀ, ਨਾ ਹੀ ਕੋਈ ਕੋਰਟ ਤੋੜ ਸਕਦੀ ਆ ਉਹ ਬਕਾਇਦਾ, ਜੇ ਹਾਊਸ ਦੇ ਵਿੱਚ ਨਵਾਂ ਲਾਅ ਬਣ ਕੇ ਜਾਵੇ ਉਹ, ਅਤੇ ਹਾਊਸ ਦੇ ਵਿੱਚ ਤਾਂ ਹੁਣ ਹਾਲ ਆ ਵੀ ਡੈਮੋਕ੍ਰੈਟਿਕ ਪਾਰਟੀ ਦੀ ਮੈਜੋਰਟੀ ਆ। ਈਵਨ ਰੰਧਾਵਾ ਸਾਹਿਬ ਸੈਨੇਟ ਦੇ ਵਿੱਚ ਵੀ ਨਾ ਜਿਹੜੀ ਤਰੱਕੀ ਹੋਈ ਆ, ਇਹ ਜਿਹੜੀ ਹਿਸਟਰੀ ਸ਼ੋਅ ਕਰਦੀ ਆ, ਫੈਕਟ ਸ਼ੋਅ ਕਰਦੇ ਆ, ਇਮੀਗ੍ਰੇਸ਼ਨ ਨਾਲ ਹੀ ਹੋਈ ਆ, ਨਾ ਹੁੰਦੀ ਕਿਉਂਕਿ ਉਹ ਮਿਹਨਤ ਜ਼ਿਆਦਾ ਕਰਦੇ ਆ, ਤੇ ਉਹ ਹਰ ਖਿੱਤੇ 'ਚ ਮਿਹਨਤ ਕਰਦੇ ਨੇ, ਤੇ ਇਸ ਕਰਕੇ ਇਹ ਕੀ ਕਰਨਾ ਚਾਹੁੰਦੇ, ਇਹਨੂੰ ਰਿਪਲੇਸ ਕਰਨਾ ਚਾਹੁੰਦੇ ਮੈਰਿਟ ਬੇਸ ਇਮੀਗ੍ਰੇਸ਼ਨ। ਮੈਰਿਟ ਬੇਸ ਇਮੀਗ੍ਰੇਸ਼ਨ ਦਾ ਮਤਲਬ ਇਹ ਆ ਕਿ ਜਿਵੇਂ ਕੋਈ ਬੰਦਾ ਜਿਹੜਾ ਉੱਥੋਂ ਆਇਆ, ਅਤੇ ਉਹ ਇਹ ਨਹੀਂ ਵੀ ਜਿਹੜਾ ਮਰਜ਼ੀ ਆ ਜਾਵੇ, ਜਿਹਨੂੰ ਇੰਡਸਟਰੀ ਨੂੰ ਜਿਹਦੀ ਲੋੜ ਆ, ਜਿਵੇਂ ਫਾਇਰ ਕਰੋ ਕੋਈ ਹੈਲਥ ਪ੍ਰੋਫੈਸ਼ਨਲ ਆ ਜਿਵੇਂ ਡਾਕਟਰ ਆ ਜਾਂ ਕੋਈ ਨਰਸ ਆ ਉਹਦੀ ਲੋੜ ਆ ਅੱਜ ਉਹ ਆਵੇ, ਜਾਂ ਗੂਗਲ ਨੂੰ ਕਿਸੇ ਦੀ ਇੰਜੀਨੀਅਰ ਦੀ ਲੋੜ ਆ ਉਹ ਆਵੇ, ਅਤੇ ਉਹਦੀ ਬੇਸ 'ਤੇ ਕਰਨਾ ਚਾਹੁੰਦੇ ਆ। ਅਤੇ ਉਹਦੇ ਨਾਲ ਇਹ ਆ ਵੀ ਜਿਹੜੇ ਹੁਣ ਵਿਚਾਰੇ ਮਤਲਬ ਕਿਸੇ ਦੇ ਭੈਣ ਭਰਾ ਆਉਂਦੇ ਆ ਸਿਟੀਜ਼ਨ ਦੇ ਜਾਂ ਮਾਂ ਬਾਪ ਆਉਂਦੇ, ਉਹ ਜ਼ਿਆਦਾ ਪੜ੍ਹੇ ਲਿਖੇ ਹੁਣ ਆਮ ਕੇਸਾਂ 'ਚ ਹੁੰਦੇ ਨਹੀਂ ਗਏ, ਉਹ ਆਮ ਬੰਦੇ ਹੁੰਦੇ ਆ, ਉਹਨਾਂ ਨੂੰ ਕਿਸੇ ਤਰੀਕੇ ਨਾਲ ਰੋਕਣਾ ਚਾਹੁੰਦੇ ਆ, ਪਰ ਉਹਦੇ 'ਚ ਕਾਮਯਾਬ ਇਸ ਕਰਕੇ ਨਹੀਂ ਹੋਣਗੇ ਕਿਉਂਕਿ ਲਾਅ ਜਿਹੜਾ ਬਣਿਆ ਹੋਇਆ ਉਹ ਲਾਅ ਦੇ ਵਿੱਚ ਇਹ ਜਿਹੜਾ ਲਾਅ ਉਹ ਬੜਾ ਕਲੀਅਰ ਆ, ਅਤੇ ਉਹ ਪਿਛਲੇ ਇੰਨੇ ਸਾਲਾਂ ਤੋਂ ਫੋਲੋ ਹੁੰਦਾ ਆ ਰਿਹਾ, ਤਾਂ ਫੈਮਿਲੀ ਵੀ ਹੈ ਬੇਸ 'ਤੇ। ਜਿੰਨੀ ਦੇਰ ਉਹ ਲਾਅ ਚੇਂਜ ਨਹੀਂ ਹੁੰਦਾ ਉਨੀ ਦੇਰ ਤੱਕ ਐਗਜ਼ੈਕਟਿਵ ਆਰਡਰ ਤਾਂ ਕਰ ਸਕਦੇ 4 ਮਹੀਨੇ ਦਾ 6 ਮਹੀਨੇ ਦਾ ਜੀ, ਪਰ ਇਹਨੂੰ ਸਦਾ ਵਾਸਤੇ ਨਹੀਂ ਕਰ ਸਕਦੇ। ਉਹਦੇ ਲਈ ਸਾਰੇ ਜਿਹੜੇ ਲਾਅ ਨਵੇਂ ਸਿਰੇ ਤੋਂ ਹਾਊਸ ਅਤੇ ਸੈਨੇਟ ਜਿਹੜੇ ਆ ਉਹ ਪਾਸ ਕਰਨਗੇ, ਤਾਂ ਫਿਰ ਜਿਹੜੇ ਰੂਲ ਜਿਹੜੇ ਉਹ ਚੇਂਜ ਲਾਅ ਚੇਂਜ ਹੋਣਗੇ, ਲਾਅ ਚੇਂਜ ਹੋਣਗੇ। ਪਰ ਜਿਹੜਾ ਹੁਣ ਤੁਹਾਡਾ ਸਵਾਲ ਸੀ ਉਹ ਇਹ ਆ ਕਿ ਕਿਉਂਕਿ ਇਲੈਕਸ਼ਨ ਈਅਰ ਆ, ਅਤੇ ਜਿਹੜੀ ਇਹਨਾਂ ਦੀ ਬੇਸ ਹੈਗੀ ਆ ਉਹ ਉਹਨੂੰ ਖੁਸ਼ ਕਰਨ ਵਾਸਤੇ ਇਹ ਕਿਤੇ ਨਾ ਕਿਤੇ ਇੱਦਾਂ ਦਾ ਕੋਈ ਨਾ ਕੋਈ ਕਦਮ ਜਿਹੜੀ ਸਰਕਾਰ ਚੁੱਕ ਲੈਂਦੀ ਆ, ਜਿਹਦੇ ਨਾਲ ਕਿ ਉਹ ਵੀ ਤਾਂ ਕਿ ਉਹ ਨਾਲ ਜੁੜੇ ਰਹਿਣ। ਪਰ ਇਹਦਾ ਤਾਂ ਹੁਣ ਪਤਾ ਉਦੋਂ ਹੀ ਲੱਗੂ ਜਦੋਂ ਵੋਟਾਂ ਪੈਣਗੀਆਂ ਵੀ ਇਹਦੇ 'ਚ ਜਿਹੜੀ ਬੇਸ ਆ ਉਹ ਕਿੰਨੀ ਖੁਸ਼ ਹੁੰਦੀ ਆ। ਬਲਕਿ ਇਹਦਾ ਇੱਕ ਹੋਰ ਆਸਪੈਕਟ ਵੀ ਆ ਕਿ ਚਲੋ ਜੇ ਹੁਣ ਤੁਸੀਂ ਕੁਛ ਬੰਦਿਆਂ ਨੂੰ ਇਸ ਬੇਸ 'ਤੇ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੀ ਮਤਲਬ ਬਰੋਡ ਇਮੀਗ੍ਰੇਸ਼ਨ ਕਹਿ ਲਓ ਉਹਨੂੰ ਕਰਮ ਕਰਨਾ ਚਾਹੁੰਦੇ ਆ ਵੀ ਇੰਨੀ ਇਮੀਗ੍ਰੇਸ਼ਨ ਨਾ ਕੋਈ ਹੋਰਾਂ ਮੁਲਕਾਂ 'ਚ ਹੈ ਨਹੀਂ, ਕਿਉਂਕਿ ਕੈਨੇਡਾ ਇੰਗਲੈਂਡ ਦੇ ਵਿੱਚ ਇਹ ਸਿਸਟਮ ਨਹੀਂ ਆ ਕਿ ਤੁਸੀਂ ਆਪਣੇ ਭੈਣਾਂ ਭਰਾਵਾਂ ਨੂੰ ਬੁਲਾ ਲਓ ਜਾਂ ਆਪਣੇ ਮਾਂ ਬਾਪ ਨੂੰ, ਉਹਨੂੰ ਜਿਹੜੇ ਲੋਕ ਚਾਹੁੰਦੇ ਆ ਵੀ ਘੱਟ ਕੀਤਾ ਜਾਵੇ, ਜੇ ਉਸ ਲੋਬੀ ਨੂੰ ਖੁਸ਼ ਕਰਨ ਲਈ ਤੁਸੀਂ ਕਦਮ ਚੁੱਕਦੇ ਆ, ਪਰ ਨਾਲ ਦੀ ਨਾਲ ਇੱਥੇ ਉਹ ਵੀ ਸਿਟੀਜ਼ਨ ਨੇ ਜਿਨ੍ਹਾਂ ਨੇ ਆਪਣੇ ਭੈਣਾਂ ਭਰਾਵਾਂ ਦਾ ਅਪਲਾਈ ਕੀਤਾ ਹੋਇਆ। ਹੁਣ ਜਿਹੜਾ ਲਾਅ ਆ ਇਹ ਇਕੱਲਾ ਹਿੰਦੁਸਤਾਨੀਆਂ ਲਈ ਤਾਂ ਹੈ ਨਹੀਂ ਜਾਂ ਇਕੱਲਾ ਇਹ ਏਸ਼ੀਅਨਸ ਲਈ ਹੈ, ਇਹ ਸਾਰੇ ਵਰਲਡ ਲਈ ਆ। ਜਿਵੇਂ ਕੋਈ ਬੰਦਾ ਅੱਜ ਮਤਲਬ ਕੈਨੇਡੀਅਨ ਆ ਜਾਂ ਕੋਈ ਇੰਗਲੈਂਡ ਤੋਂ ਆਇਆ ਜਾਂ ਯੂਰਪ ਤੋਂ ਕਿਸੇ ਹੋਰ ਮੁਲਕ ਤੋਂ ਆਇਆ, ਚਾਹੇ ਪਾਕਿਸਤਾਨ ਤੋਂ ਆਇਆ, ਬੰਗਲਾਦੇਸ਼ ਤੋਂ ਆਇਆ, ਇੰਡੀਆ ਤੋਂ ਆਇਆ, ਚਾਈਨਾ ਤੋਂ ਆਇਆ, ਜਪਾਨ ਤੋਂ ਆਇਆ, ਉਹ ਸਾਰਿਆਂ 'ਤੇ ਲਾਗੂ ਹੁੰਦਾ। ਸੋ ਉਹ ਜਿਹੜੇ ਸਾਰੇ ਜਿਹੜੇ ਇਮੀਗ੍ਰੈਂਟਸ ਹੈਗੇ ਨੇ ਜਿਹੜੇ ਇੱਥੇ ਸਿਟੀਜ਼ਨ ਬਣੇ ਆ, ਜਿਨ੍ਹਾਂ ਨੇ ਆਪਣੇ ਭੈਣਾਂ ਭਰਾਵਾਂ ਦਾ ਅਪਲਾਈ ਕੀਤਾ, ਉੱਥੇ ਹੁਣ ਦੇਖੋ ਜਿਹੜੀ F4 ਕੈਟੇਗਰੀ ਆਪਣੀ ਇੰਡੀਆ ਵਾਲੀ, ਉੱਥੇ 2005 ਚੱਲ ਰਿਹਾ ਹੁਣ ਦਾਵਾ ਸਾਹਿਬ, 2005 ਤੋਂ ਦੇਖ ਲਓ 20 ਹੋ ਗਿਆ, 15 ਸਾਲ ਹੋ ਗਏ ਲੋਕਾਂ ਨੂੰ ਉਡੀਕਦਿਆਂ ਨੂੰ ਵੀ ਸਾਡੀ ਵਾਰੀ ਆ ਜਾਣੀ ਹੈ। ਜਦੋਂ ਹੁਣ ਵਾਰੀ ਆਈ ਤਾਂ ਹੁਣ ਬੈਨ ਲੱਗ ਗਿਆ। ਉਹਦੇ ਨਾਲ ਇਹ ਆ ਵੀ ਇੱਕ ਪਾਸੇ ਤਾਂ ਗਵਰਨਮੈਂਟ ਕਹਿ ਰਹੀ ਆ ਕਿ ਇਲੀਗਲ ਤਰੀਕੇ ਨਾਲ ਤੁਸੀਂ ਐਂਟਰ ਨਾ ਕਰੋ, ਜਿਹੜੀ ਲੀਗਲ ਤਰੀਕੇ ਨਾਲ ਆ, ਜੋ ਕਿ ਅਸੀਂ ਵੀ ਕਹਿੰਦੇ ਹਾਂ ਵੀ ਜਿਹੜਾ ਅਮਰੀਕਾ ਦਾ ਕਾਨੂੰਨ ਆ ਉਹਦੀ ਯਾਨੀ ਕਿ ਰਿਸਪੈਕਟ ਹੋਣੀ ਚਾਹੀਦੀ ਆ, ਕਿ ਜਿਹਨੇ ਅਮਰੀਕਾ ਦੇ ਵਿੱਚ ਆਉਣਾ ਉਹ ਲੀਗਲ ਤਰੀਕੇ ਨਾਲ ਆਵੇ ਜੋ ਕਾਨੂੰਨ ਕਹਿੰਦਾ। ਪਰ ਜੇ ਹੁਣ ਲੀਗਲ ਇਮੀਗ੍ਰੇਸ਼ਨ 'ਤੇ ਅਸੀਂ ਰਸਤੇ ਬੰਦ ਕਰ ਦਾਂਗੇ, ਲੀਗਲ ਨੂੰ ਅਸੀਂ ਆਪ ਹੀ ਬੈਨ ਲਾਈ ਜਾਂਦੇ ਹਾਂ, ਇਲੀਗਲ ਨੂੰ ਕਹਿੰਦੇ ਕੋਈ ਆਵੇ ਨਾ, ਅਤੇ ਉਹ ਦੋ ਗੱਲਾਂ ਜਿਹੜੀਆਂ ਨੇ ਉਹ ਮੇਲ ਨਹੀਂ ਖਾਂਦੀਆਂ।
ਜੋ ਇਸ ਕਰਕੇ ਜਦੋਂ ਤੁਸੀਂ ਲੀਗਲ ਇਮੀਗ੍ਰੇਸ਼ਨ ਆ ਕਿਸੇ ਲਾ ਥੱਲੇ ਅਪਲਾਈ ਹੋਇਆ ਬਕਾਇਦਾ ਉਹ ਬੰਦਿਆਂ ਨੇ ਫੀਸਾਂ ਤਾਰੀਆਂ ਨੇ ਉਹ ਉਡੀਕ ਰਹੇ ਨੇ ਅਤੇ ਉਹਨਾਂ ਨੂੰ ਤੁਸੀਂ ਕਹਿ ਕੇ ਕਰੋਨਾ ਵਾਇਰਸ ਆ ਗਿਆ ਜੀ ਤਾਂ ਬੰਦ ਕਰ ਦਿਉ ਅਤੇ ਉਹਦੇ ਨਾਲ ਪਤਾ ਨਹੀਂ ਕਿੰਨੀਆਂ ਕੁ ਜੋਬਾਂ ਡਿਸਪਲੇਸ ਹੋਣੀਆਂ ਠੀਕ ਹੈ ਨਾ ਅਤੇ ਨਹੀਂ ਹੋਣੀਆਂ ਉਹਦਾ ਜਿਹੜਾ ਹੈਗਾ ਉਹ ਉਹ ਸਿੱਟਾ ਇਹ ਵੀ ਹੋ ਸਕਦਾ ਵੀ ਜਿਹੜੀ ਉਹ ਵੋਟ ਆ ਜਿਹੜੇ ਜਿਨ੍ਹਾਂ ਨੇ ਆਪਣੇ ਭੈਣਾਂ ਭਰਾਵਾਂ ਦਾ ਮਾਂ ਬਾਪ ਦਾ ਅਪਲਾਈ ਕੀਤਾ ਤਾਂ ਉਹ ਆ ਨਹੀਂ ਸਕਦੇ ਉਹ ਵੋਟ ਇਹਨਾਂ ਦੇ ਉੱਟ ਵੀ ਜਾ ਸਕਦੀ ਹੈ ਸੋ ਇਹ ਤਾਂ ਇਹ ਥੋੜ੍ਹੀ ਆ ਵੀ ਹੁਣ ਇਹ ਇਸ ਪਾਲਿਸੀ ਨਾਲ ਸਾਰੇ ਇਹਨਾਂ ਨੂੰ ਵੋਟਾਂ ਪਾਉਣਗੇ ਲੱਖਾਂ ਲੋਕ ਜਿਹੜੇ ਇਸ ਵੇਲੇ ਅਪਲਾਈ ਕਰ ਚੁੱਕੇ ਆ ਆਪਣੇ ਰਿਸ਼ਤੇਦਾਰਾਂ ਨੂੰ ਜੇ ਉਹਨਾਂ ਦੇ ਰਿਸ਼ਤੇਦਾਰ ਰਹੇ ਨੇ ਨੈਚੁਰਲੀ ਉਹ ਇਹਦੇ ਅਗੇਂਸਟ ਜਿਹੜੀ ਉਹ ਵੋਟ ਉਹ ਭੁਗਤੂਗੀ ਹਾਂ ਭੁਗਤੂਗੀ ਬਹੁਤ ਸਾਰੀਆਂ ਗੱਲਾਂ ਤੁਸੀਂ ਵਧੀਆ ਦੱਸੀਆਂ ਸਾਨੂੰ ਨਾ ਪਿਛਲੀ ਵਾਰੀ ਜਦੋਂ ਤੁਸੀਂ ਸਾਡੇ ਨਾਲ ਇੰਟਰਵਿਊ ਕਰਕੇ ਬਹੁਤ ਸਾਰੇ ਸਵਾਲ ਜਿਹੜੇ ਆ ਲੋਕਾਂ ਨੇ ਕੀਤੇ ਅਤੇ ਮੈਂ ਦਰਸ਼ਕਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਅੱਜ ਸਾਡੇ ਕੋਲ ਗਲਤੀ ਨਾਲ ਟੈਕਨੀਕਲੀ ਪਹਿਲਾਂ ਸਾਨੂੰ ਦੱਸਿਆ ਨਹੀਂ ਜਾ ਸਕਿਆ ਕਿ ਨੰਬਰ ਜਿਹੜਾ ਉਹ ਪਲੀਜ਼ ਮੈਂ ਆਪਣੇ ਸਾਥੀ ਨੂੰ ਰਿਕੁਐਸਟ ਕਰਾਂਗਾ ਜਸਪ੍ਰੀਤ ਸਿੰਘ ਹੋਰਾਂ ਦਾ ਜਿਹੜਾ ਨੰਬਰ ਆ ਉਹ ਪਲੀਜ਼ ਥੱਲੇ ਲਿਖ ਦਿਉ 917-915 ਪਹਿਲਾਂ 917 ਹੈ ਜੀ ਜਸਪ੍ਰੀਤ ਸਿੰਘ ਹੋਰਾਂ ਦਾ ਨੰਬਰ ਜਾਂ 915-4142 ਤੁਹਾਡਾ ਵੀ ਕੋਈ ਸਵਾਲ ਆ ਸਾਨੂੰ ਜ਼ਰੂਰ ਕਾਲ ਕਰੋ ਜਿਹੜੀ ਜਸਪ੍ਰੀਤ ਸਿੰਘ ਹੋਰੀ ਜਿਹੜੇ ਸੇਵਾ ਉਹ ਬਿਲਕੁਲ ਫਰੀ ਦਿੰਦੇ ਆ ਜਦੋਂ ਤੁਸੀਂ ਬਿਲਕੁਲ ਕੋਈ ਕਾਲ ਕਰਦੇ ਹੋ ਇਸ ਨੰਬਰ 'ਤੇ ਅਤੇ ਉਹਦਾ ਕੋਈ ਚਾਰਜ ਨਹੀਂ ਹੈਗਾ ਤੁਹਾਨੂੰ ਜਿਹੜੀ ਸਰਵਿਸ ਆ ਉਹ ਫਰੀ ਦੇਣਗੇ ਤੁਹਾਡੇ ਕੁਐਸਚਨ ਦਾ ਆਨਸਰ ਜਿਹੜਾ ਉਹ ਫਰੀ ਦੇਣਗੇ ਬਾਕੀ ਪਹਿਲਾਂ ਵੀ ਜਿਵੇਂ ਅਸੀਂ ਕਹਿੰਦੇ ਹਾਂ ਕਿ ਜਿਹੜੀ ਇਮੀਗ੍ਰੇਸ਼ਨ ਦੀ ਜਿਹੜੀ ਫੀਸ ਆ ਉਹ ਤਾਂ ਲੱਗਣੀ ਹੁੰਦੀ ਬਾਅਦ 'ਚ ਸਲਾਹ ਜਿਹੜੀ ਆ ਉਹ ਟੋਟਲੀ ਫਰੀ ਆ ਅਤੇ ਸਾਡਾ ਜਿਹੜਾ ਪੰਜਾਬ ਮੇਲ ਯੂ ਐੱਸ ਏ ਦਾ ਜਿਹੜਾ ਨੰਬਰ ਹੈਗਾ ਉਹ ਸਾਡਾ ਹੈਗਾ ਜੀ 916-320-9444 ਮੈਂ ਇੱਕ ਵਾਰੀ ਨੰਬਰ ਫਿਰ ਰਿਪੀਟ ਕਰ ਦਿੰਦਾ ਜੀ 916-320-9444 ਥੈਂਕ ਯੂ ਸ਼ਰਦਾ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਥੈਂਕ ਯੂ ਸੋ ਨਾਈਸ ਮੈਂ ਇੱਕ ਵਾਰੀ ਨੰਬਰ ਫਿਰ ਰਿਪੀਟ ਕਰ ਦਿੰਦਾ 916-320-9444 ਸਾਨੂੰ ਜਦੋਂ ਮਰਜ਼ੀ ਕਾਲ ਕਰੋ ਸਰਦਾਰ ਜਸਪ੍ਰੀਤ ਸਿੰਘ ਹੋਰੀ ਜਿਹੜੇ ਆ ਉਹ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਬਿਲਕੁਲ ਫਰੀ ਆਫ ਕੋਸਟ ਦੇਣਗੇ ਇਮੀਗ੍ਰੇਸ਼ਨ ਸੰਬੰਧੀ ਕੋਈ ਗੱਲ ਹੋਵੇ ਸਿਰਫ ਉਹੀ ਗੱਲ ਤੁਸੀਂ ਜਿਹੜੀ ਇਹਨਾਂ ਨਾਲ ਕਰਨੀ ਆ ਸਾਡੇ ਕੋਲ ਕੁਝ ਸਵਾਲ ਜਿਹੜੇ ਪਿਛਲੀ ਇੰਟਰਵਿਊ ਤੋਂ ਬਾਅਦ ਆਏ ਸੀਗੇ ਜੀ ਇੱਕ ਸਾਡੇ ਦਰਸ਼ਕ ਸੀਗੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪੋਲੀਟੀਕਲ ਸੈਲਮ ਜਿਹੜਾ ਉਹ ਪਾਸ ਹੋ ਗਿਆ ਅਤੇ ਕੀ ਉਹ ਹੁਣ ਗ੍ਰੀਨ ਕਾਰਡ ਜਿਹੜਾ ਉਹ ਅਪਲਾਈ ਕਰ ਸਕਦੇ ਨਾਹੋ ਸਾਹਿਬ ਜੀ ਦਾ ਇੱਥੇ ਸੈਲਮ ਪਾਸ ਹੋ ਜਾਂਦਾ ਨਾ ਉਹ ਇੱਕ ਸਾਲ ਬਾਅਦ ਗ੍ਰੀਨ ਕਾਰਡ ਹੀ ਅਪਲਾਈ ਕਰ ਸਕਦਾ ਓਕੇ ਸੋ ਇਹ ਜਿਹੜੀ ਕੈਟਾਗਰੀ ਹੈ ਇਹਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਕੋਈ ਬੈਨ ਨਹੀਂ ਲਾਇਆ ਅਤੇ ਇਸ ਕਰਕੇ ਜਿਹੜੇ ਅਸੈਲੀ ਗ੍ਰੀਨ ਕਾਰਡਸ ਨੇ ਉਹ ਅਪਲਾਈ ਹੋ ਰਹੇ ਨੇ ਉਹ ਅਪਲਾਈ ਕਰ ਸਕਦੇ ਨੇ ਅਤੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਇੱਕ ਬੜੀ ਇੰਪੋਰਟੈਂਟ ਅਪਡੇਟ ਹੈ ਇਮੀਗ੍ਰੇਸ਼ਨ ਦੀ ਕਿ ਇਮੀਗ੍ਰੇਸ਼ਨ ਦੀਆਂ ਸਾਰੀਆਂ ਫੀਸਾਂ ਬਦਲ ਜਾ ਰਹੀਆਂ ਨੇ ਅੱਛਾ ਕਿ ਉਹ ਮੇਰਾ ਖਿਆਲ ਅਗਸਤ ਦੇ ਵਿੱਚ ਉਹ ਰੂਲ ਫਾਈਨਲ ਹੋ ਗਿਆ ਅਤੇ ਇਹਨਾਂ ਨੇ ਹੁਣ ਐਲਾਨ ਕਰ ਦੇਣਾ ਵੀ ਉਹ ਟਾਈਮ ਤਾਂ ਦੇਣਗੇ 15-20 ਦਿਨ ਦਾ ਮਹੀਨੇ ਦਾ ਲੇਕਿਨ ਸਾਰੀਆਂ ਫੀਸਾਂ ਬਦਲਣਗੀਆਂ ਜਿਹੜੀ ਸਿਟੀਜ਼ਨਸ਼ਿਪ ਦੀ ਫੀਸ ਆ ਉਹ ਵੀ ਵੱਧ ਰਹੀ ਆ ਜਿਹੜੀ ਐਡਜਸਟਮੈਂਟ ਆਫ ਸਟੇਟਸ ਦੀ ਫੀਸ ਆ ਆਪਾਂ ਗ੍ਰੀਨ ਕਾਰਡ ਅਪਲਾਈ ਕਰਦੇ ਹਾਂ ਹੁਣ ਉਹ 1,225 ਆ ਉਹ ਵੱਧ ਕੇ ਆਲਮੋਸਟ ਡਬਲ ਹੋ ਰਹੀ ਆ ਅੱਛਾ 2,000 ਤੋਂ ਉੱਪਰ ਜਾ ਰਹੀ ਆ ਜਿਹੜੀ ਸਿਟੀਜ਼ਨਸ਼ਿਪ ਦੀ ਫੀਸ ਆ ਉਹ 725 ਆ ਉਹ ਵੀ ਵੱਧ ਕੇ 1,000 ਤੋਂ ਉੱਪਰ ਜਾ ਰਹੀ ਆ ਸੋ ਫੀਸਾਂ ਕਾਫੀ ਵੱਧ ਰਹੀਆਂ ਅਤੇ ਉਹਦਾ ਜਿਹੜੀ ਫਾਈਨਲ ਅਪਰੂਵਲ ਹੈਗੀ ਆ ਉਹ ਇਹਨਾਂ ਨੇ ਮਤਲਬ ਉਹ ਕਰ ਲਿਆ ਜਿਹੜਾ ਡਿਸੀਜਨ ਆ ਉਹਦਾ ਰੀਜ਼ਨ ਆ ਕਿ ਜਿਹੜੀ ਇਮੀਗ੍ਰੇਸ਼ਨ ਸਰਵਿਸ ਆ ਇੱਥੇ ਉਹਦਾ ਜਿਹੜਾ ਜ਼ਿਆਦਾਤਰ ਜਿਹੜੀ ਉਹਦੀ ਇੰਪਲੋਈਜ਼ ਦੀ ਸੈਲਰੀ ਵਗੈਰਾ ਹੈਗੀ ਆ ਉਹ ਜਿਹੜੀਆਂ ਅਸੀਂ ਫੀਸਾਂ ਭਰਦੇ ਹਾਂ ਇਮੀਗ੍ਰੇਸ਼ਨ ਦੀ ਉੱਥੋਂ ਨਿਕਲਦੀ ਆ ਪਰ ਹੁਣ ਤਾਂ ਕੰਮ ਕਾਫੀ ਬੰਦ ਹੋਏ ਦਫ਼ਤਰ ਹੀ ਬੰਦ ਪਏ ਇਹਨਾਂ ਦੇ ਹਾਂਜੀ ਐਪਲੀਕੇਸ਼ਨਾਂ ਤਾਂ ਲੈ ਰਹੇ ਆ ਅੱਛਾ ਉਹ ਲੈ ਰਹੇ ਹਾਂ ਜਿਹੜੇ ਆਫਿਸ ਇੰਟਰਵਿਊ ਹੁੰਦੇ ਉੱਥੇ ਫੀਸ ਨਹੀਂ ਜਾਂਦੀ ਜੀ ਜੀ ਫੀਸ ਤਾਂ ਜਿਹੜੀ ਆਪਾਂ ਜਦੋਂ ਅਪਲਾਈ ਕਰਦੇ ਹਾਂ ਸਰਵਿਸ ਸੈਂਟਰ ਉੱਥੇ ਜਾਂਦੇ ਉਹ ਤਾਂ ਲੈ ਰਹੇ ਆ ਔਨਲਾਈਨ ਜਾਂ ਆਪਾਂ ਬਾਏ ਮੇਲ ਭੇਜਦੇ ਉੱਥੇ ਜਾਣੀ ਆ ਉਹ ਖੁੱਲ੍ਹੇ ਆ ਉਹ ਉਹ ਸਰਵਿਸ ਸੈਂਟਰ ਤਾਂ ਕਦੇ ਵੀ ਨਹੀਂ ਬੰਦ ਪਏ ਉਹ ਤਾਂ ਈਵਨ ਜਦੋਂ ਕਰੋਨਾ ਵਾਇਰਸ ਦਾ ਪੂਰਾ ਸੀਗਾ ਮਾਰਚ ਅਪ੍ਰੈਲ 'ਚ ਵੀ ਉਦੋਂ ਵੀ ਖੁੱਲ੍ਹੇ ਸੀਗੇ ਲੇਕਿਨ ਇਹ ਹੋਇਆ ਕਿ ਹੁਣ ਪਿਛਲੇ ਸਮੇਂ ਦੌਰਾਨ ਫੀਸਾਂ ਘੱਟ ਗਈਆਂ ਅਤੇ ਇਮੀਗ੍ਰੇਸ਼ਨ ਆਪ ਹੀ ਕਹਿ ਰਹੀ ਆ ਵੀ ਸਾਡਾ 1.2 billion ਦਾ ਸਾਨੂੰ ਡੈਫੀਸਿਟ ਆ ਜੇ ਨਾ ਹੋਇਆ ਤਾਂ ਸਾਡੇ ਇੰਪਲੋਈਜ਼ ਜਿਹੜੇ ਨੇ ਉਹ ਫਰਲੋ 'ਤੇ ਜਾਣਗੇ ਜੀ ਜੀ ਪਹਿਲਾਂ ਇਹਨਾਂ ਨੇ ਇਹ ਕੀਤਾ ਸੀ ਐਲਾਨ ਵੀ 1 August ਤੋਂ ਜਾਣਗੇ ਹੁਣ ਇਹਨਾਂ ਨੇ ਇਹਨਾਂ ਦੀ ਗੱਲਬਾਤ ਚੱਲ ਰਹੀ ਆ ਹਾਊਸ ਅਤੇ ਸੈਨੇਟ ਨਾਲ ਜਿਹੜਾ ਨਵਾਂ ਪੈਕੇਜ ਇੱਥੇ ਬਣ ਰਿਹਾ ਜਿਹਦੇ ਵਿੱਚ ਕਿ ਸਟਿਮੂਲਸ ਚੈੱਕ ਵੀ ਹੋਊਗਾ 12-1200 ਦਾ ਉਹਦੇ ਨਾਲ ਕੁਛ ਹੋਰ ਵੀ ਜਿਹੜਾ ਇਹਨਾਂ ਨੇ ਟੈਸਟਿੰਗ ਵਾਸਤੇ ਵੀ ਰੱਖਿਆ ਅਤੇ ਹੋਰ ਕੁਛ ਇਨਸੈਂਟਿਵਸ ਨੇ ਸਮਾਲ ਬਿਜ਼ਨਸ ਲਈ ਪੇਰੋਲ ਲਈ ਉਹਦੇ ਵਿੱਚ ਇਹਨਾਂ ਨੇ ਇਹ ਜਿਹੜੀ ਪ੍ਰੋਵੀਜ਼ਨ ਪਾ ਰਹੇ ਨੇ ਵੀ ਇਹਨੂੰ ਬੇਲ ਆਊਟ ਕਰਨ ਲਈ ਇਮੀਗ੍ਰੇਸ਼ਨ ਸਰਵਿਸ ਨੂੰ ਵੀ ਜਿੰਨਾ ਉਹਨਾਂ ਨੂੰ ਮਤਲਬ ਪੈਸੇ ਚਾਹੀਦੇ ਉਹ ਦੇਣਗੇ ਅਤੇ ਹੁਣ ਹਾਂ ਹੁਣ ਗੌਰਮੈਂਟ ਨੇ ਕਹਿਤਾ ਕਿ 30 August ਤੱਕ ਤੁਸੀਂ ਵੇਟ ਕਰੋ ਜੇ ਇਹਨਾਂ ਨੂੰ ਜਿਹੜਾ ਹੈਗਾ ਲੇ ਆਫ ਨਾ ਕਰੋ ਨਹੀਂ ਉਹਦੀ ਪਹਿਲਾਂ ਸਕੀਮ ਸੀਗੀ ਵੀ 1 August ਤੋਂ ਇਹਨਾਂ ਨੂੰ ਫਰਲੋ 'ਤੇ ਭੇਜ ਦਿਉ ਮਤਲਬ ਡਿਸਕਸ ਕੀਤਾ ਸੀ ਅਤੇ ਉਹ ਇਹਨਾਂ ਨੇ ਹੁਣ
ਇੱਕ ਮਹੀਨੇ ਲਈ ਡੈਫਰ ਕਰਤਾ। ਗੌਰਮੈਂਟ ਨੂੰ ਇਹ ਲੱਗਦਾ ਵੀ ਇਹਨਾਂ ਦੀ ਜਿਹੜੀ ਨੈਗੋਸ਼ੀਏਸ਼ਨ ਚੱਲ ਰਹੀ ਹੈ ਹਾਊਸ ਤੇ ਸੈਨੇਟ ਨਾਲ, ਤੇ ਹੋ ਸਕਦਾ ਵੀ ਆਹ ਆਉਂਦੇ ਦਿਨਾਂ ਦੇ ਵਿੱਚ ਕੋਈ ਮਤਲਬ ਬਿੱਲ ਜਿਹੜਾ ਹੈਗਾ ਹੋਵੇ ਪਾਸ, ਜਿਹਦੇ ਵਿੱਚ ਕਿ ਪੈਕੇਜ, ਜਿਹਦੇ ਵਿੱਚ ਕਿ ਇੰਪੋਰਟੈਂਟ ਚੀਜ਼ ਤਾਂ ਇਹੀ ਹੈ ਵੀ ਸਟਿਮੂਲਸ ਚੈੱਕ ਜਿਹੜੇ ਹੈਗੇ 1200 ਦੇ ਫੇਰ ਮਿਲਣਗੇ ਆਮ ਸਾਰਿਆਂ ਨੂੰ ਜਿਹੜੇ ਕੁਆਲੀਫਾਈ ਕਰਦੇ ਆ, ਜਿਹਨਾਂ ਦੀ ਇਨਕਮ ਹੈਗੀ 75 ਤੋਂ ਘੱਟ ਜਿਵੇਂ ਲਾਸਟ ਟਾਈਮ, ਤੇ ਪਲੱਸ ਨਾਲ ਉਹਦੇ ਕੁਛ ਹੋਰ ਵੀ ਇਨਸੈਂਟਿਵ ਹੋਣਗੇ, ਉਹ ਪਤਾ ਲੱਗੂਗਾ ਵੀ ਜੋ ਨੈਗੋਸ਼ੀਏਸ਼ਨ ਆ ਵੀ ਕੀ ਹੁੰਦਾ ਕੀ ਨਹੀਂ। ਪਰ ਉਹਦੇ ਕਰਕੇ ਕਿ ਇਹ ਵੀ ਨਾਲ ਵੀ ਫੀਸਾਂ ਵਧਾਓ, ਸੋ ਫੀਸਾਂ ਵਧਣਗੀਆਂ। ਸੋ ਜਿੰਨਾ ਕਿਸੇ ਨੇ ਅਪਲਾਈ ਅਜੇ ਨਹੀਂ ਕੀਤਾ, ਜਿਵੇਂ ਕਿਸੇ ਨੇ ਸਿਟੀਜ਼ਨਸ਼ਿਪ ਦਾ ਨਹੀਂ ਕੀਤਾ ਜਾਂ ਗ੍ਰੀਨ ਕਾਰਡ ਦਾ ਨਹੀਂ ਕੀਤਾ, ਅਤੇ ਉਹ ਕਰਨਾ ਚਾਹੁੰਦੇ ਉਹ ਕਰ ਲੈਣ, ਨਹੀਂ ਉਹਨਾਂ ਨੂੰ ਹੁਣ ਤੋਂ ਮਹੀਨੇ ਬਾਅਦ ਜਦੋਂ ਵੀ ਇਹ ਦਿਨ ਰੱਖਣਗੇ ਫੀਸਾਂ ਵਧਣ ਦਾ ਡਬਲ ਫੀਸ ਆਲਮੋਸਟ ਦੇਣੀ ਪਏਗੀ। ਜੀ ਜੀ, ਅੱਛਾ ਇੱਕ ਸਵਾਲ ਹੋਰ ਸੀਗਾ ਵੀ ਕਿਸੇ ਦੇ ਸਾਡੇ ਦਰਸ਼ਕਾਂ 'ਚੋਂ, ਉਹਨਾਂ ਨੇ ਪੁੱਛਿਆ ਕਿ ਉਹ ਸਿਟੀਜ਼ਨਸ਼ਿਪ ਜਿਹੜਾ ਅਪਲਾਈ ਕਰਨਾ ਚਾਹੁੰਦੇ ਆ, ਉਹ ਹੁਣ ਟਾਈਮ ਹੈਗਾ ਇਸ ਵਿੱਚ ਅਕਸੈਪਟ ਹੋ ਰਹੀਆਂ, ਮੇਰੇ ਕਹਿਣ ਦਾ ਮਤਲਬ ਜਿਹੜੀਆਂ ਐਪਲੀਕੇਸ਼ਨਸ? ਹਾਂਜੀ, ਦਾਸ ਸਾਹਿਬ ਐਪਲੀਕੇਸ਼ਨ ਅਕਸੈਪਟ ਹੋ ਰਹੀਆਂ ਸਿਟੀਜ਼ਨਸ਼ਿਪ ਦੀਆਂ। ਜੀ ਜੀ, ਅਤੇ ਬਾਕੀ ਡਿਟੇਲ ਜਿਹੜੀ ਆ ਉਹ ਜੇ ਕਿਸੇ ਨੇ ਵੀ ਗੱਲ ਕਰਨੀ ਆ ਮੇਰੇ ਨਾਲ, ਮੇਰੇ ਜਿਹੜਾ ਨੰਬਰ ਹੈ 9179154142, ਇੱਥੇ ਕਰ ਸਕਦੇ ਆ। ਉਹਦੇ ਇਲਾਵਾ ਮੇਰੇ ਆਫਿਸ ਦਾ ਨੰਬਰ ਨਿਊਯਾਰਕ ਦਾ ਹੈਗਾ 7185338444, ਅਤੇ ਜਿਹੜਾ ਕੈਲੀਫੋਰਨੀਆ ਦਾ ਆਫਿਸ ਹੈ ਫ੍ਰੀ ਮੌਂਟ ਦਾ, ਉਹਦਾ ਨੰਬਰ ਹੈ 5106576444। ਜਿਹੜੀ ਸਲਾਹ ਹੈਗੀ ਉਹ ਮੇਰੀ, ਜਿਵੇਂ ਤੁਸੀਂ ਆਪ ਹੀ ਦੱਸਿਆ ਪਹਿਲਾਂ ਵੀ ਫ੍ਰੀ ਹੁੰਦੀ ਆ, ਮੈਂ ਸਲਾਹ ਜਿਹੜੀ ਕਾਨੂੰਨੀ ਸਲਾਹ ਦੇਣ ਦੇ ਕੋਈ ਪੈਸੇ ਚਾਰਜ ਨਹੀਂ ਕਰਦਾ। ਜੀ ਜੀ, ਅਤੇ ਪਰ ਜਿਹੜਾ ਕੰਮ ਅੱਗੇ ਕਿਸੇ ਨੇ ਕਰਨਾ ਉਹ ਅਲੱਗ ਚੀਜ਼ ਆ, ਜੋ ਵੀ ਕਿਸੇ ਕਿਸਮ ਦਾ ਕੇਸ ਹੋਇਆ ਉਹਦੀ ਉਸਦਾ ਹੀ ਫੀਸ ਹੋਏਗੀ। ਅਤੇ ਜਿਹੜੀ ਮਤਲਬ ਸਿਟੀਜ਼ਨਸ਼ਿਪ ਦੀ ਆ ਉਹ ਐਪਲੀਕੇਸ਼ਨਾਂ ਲੈ ਵੀ ਰਹੇ ਨੇ ਅਤੇ ਹੁਣ ਇੰਟਰਵਿਊਜ਼ ਵੀ ਆ ਰਹੀਆਂ ਨੇ। ਜੀ ਜੀ, 4 ਜੂਨ ਤੋਂ ਬਕਾਇਦਾ, ਬਿਲਕੁਲ 4 ਜੂਨ ਤੋਂ ਬਕਾਇਦਾ ਜਿਹੜੇ USCIS ਦੇ ਆਫਿਸ ਨੇ ਉਹ ਸਾਰੇ ਇੰਟਰਵਿਊਜ਼ ਵਾਲੇ ਖੁੱਲ੍ਹ ਗਏ ਆ, ਜਿੱਥੇ ਹੁਣ ਪਬਲਿਕ ਡੀਲਿੰਗ ਆ ਉੱਥੇ ਹਰ ਕਿਸਮ। ਮੇਨ ਗੱਲ ਇਹ ਆ ਵੀ ਕੰਮ ਸ਼ੁਰੂ ਹੋ ਗਿਆ, ਕੰਮ ਸ਼ੁਰੂ ਹੋ ਗਿਆ 4 ਜੂਨ ਤੋਂ, ਮੈਂ ਖੁਦ ਗਿਆ ਇੰਟਰਵਿਊ। ਸੋ ਦੋਸਤੋ, ਜਿਵੇਂ ਕਿ ਜਸਪ੍ਰੀਤ ਸਿੰਘ ਹੋਰਾਂ ਨੇ ਦੱਸਿਆ ਕਿ ਬਹੁਤ ਛੇਤੀ ਜਿਹੜੀਆਂ ਫੀਸਾਂ ਉਹ ਵੱਧ ਰਹੀਆਂ, ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਜੇ ਤੁਸੀਂ ਅਪਲਾਈ ਕਰ ਦੋਗੇ ਤੁਹਾਨੂੰ ਮੇਰੇ ਖਿਆਲ ਵੀ 50% ਤੱਕ ਦਾ ਵੀ ਫਾਇਦਾ ਉਹਦੇ 'ਚ ਹੋ ਸਕਦਾ, ਅਤੇ ਜਲਦੀ ਤੋਂ ਜਲਦੀ ਜਿਹੜਾ ਉਹ ਤੁਸੀਂ ਜਿਹੜੀਆਂ ਵੀ ਸਿਟੀਜ਼ਨ ਦੀਆਂ ਜਾਂ ਹੋਰ ਵੀ ਜਿਹੜੀਆਂ ਤੁਹਾਡੀਆਂ ਐਪਲੀਕੇਸ਼ਨਾਂ ਹੈਗੀਆਂ ਉਹ, ਮੈਂ ਇਹ ਸੁਜੈਸਟ ਕਰਾਂਗਾ ਕਿ 31 ਜੁਲਾਈ ਤੋਂ ਪਹਿਲਾਂ ਪਹਿਲਾਂ ਜਿਹੜਾ ਆਪਣੀਆਂ ਜਿਹੜੀਆਂ ਸਾਰਾ ਫਾਈਲ ਕਰ ਦਿਉ। ਫੋਨ ਨੰਬਰ ਸਕਰੀਨ 'ਤੇ ਆ ਰਿਹਾ 9179154142। ਜਸਪ੍ਰੀਤ ਸਿੰਘ ਜੀ, ਆਪਾਂ ਗੱਲ ਪਿਛਲੇ ਵਾਰੀ ਵੀ ਕੀਤੀ ਸੀ ਕਿ ਜੇਲ੍ਹਾਂ ਤੋਂ ਕਾਫੀ ਲੋਕ ਜਿਹੜੇ ਆਪਣੇ ਖਾਸ ਕਰਕੇ ਬਾਹਰਲੇ ਮੁਲਕਾਂ ਤੋਂ ਆਉਂਦੇ ਆ, ਜੇਲ੍ਹਾਂ 'ਚ ਆਉਣ ਤੋਂ ਬਾਅਦ ਫਿਰ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ, ਉਹਦੇ ਬਾਰੇ ਕੀ ਅਪਡੇਟ ਹੈਗੀ ਹੈ? ਪਿੱਛੇ ਇੱਕ ਇਸ ਵੀਕ ਵੀ 100 ਤੋਂ ਉੱਤੇ ਇਹਨਾਂ ਨੇ ਬੰਦਾ ਇੰਡੀਆ ਭੇਜਿਆ। ਜੀ ਜੀ, ਇਹ ਤਕਰੀਬਨ ਹਰ 10-12 ਦਿਨ ਬਾਅਦ ਇੰਨਾ ਕੁ 100-125 ਬੰਦਾ ਭੇਜਦੇ ਆ। ਉਹਦੇ ਪਿੱਛੇ ਰੀਜ਼ਨ ਇਹ ਆ ਵੀ ਇਹ ਦੋ ਕਿਸਮ ਦੇ ਬੰਦਿਆਂ ਨੂੰ ਜਿਹੜਾ ਹੈਗਾ ਉਹ ਡਿਪੋਰਟ ਕਰ ਰਹੇ ਆ। ਇੱਕ ਤਾਂ ਉਹ ਨੇ ਜਿਨ੍ਹਾਂ ਦੇ ਖਿਲਾਫ ਇੱਥੇ ਡੈਪੋਟੇਸ਼ਨ ਲੱਗੀ ਆ ਤਾਂ ਕ੍ਰਿਮੀਨਲ ਚਾਰਜਿਸ ਨੇ ਕੋਈ, ਜਿਵੇਂ ਕਿਸੇ ਨੂੰ DUI ਦੀ ਟਿਕਟ ਮਿਲੀ ਆ ਜਾਂ ਕਿਸੇ ਨੂੰ ਡੋਮੈਸਟਿਕ ਵਾਇਲੈਂਸ ਆ ਅਤੇ ਡੈਪੋਟੇਸ਼ਨ ਲੱਗੀ ਹੋਈ ਆ, ਉਹ ਜੇ ਬੰਦਿਆਂ ਨੂੰ ਇਹ ਡਿਪੋਰਟ ਕਰਦੇ ਆ। ਜਾਂ ਕੋਈ ਇੱਦਾਂ ਦਾ ਬੰਦਾ ਜਿਹਦੇ ਡੈਪੋਟੇਸ਼ਨ ਲੱਗੀ ਆ, ਕੋਈ ਫਰੋਡ ਆ ਦਾ ਚਾਰਜ ਇੱਦਾਂ ਦਾ, ਪਰ ਇਹ ਤੱਕ ਇਹ ਜਿਹੜੇ ਬੰਦਿਆਂ ਦੇ ਸਿਰਫ ਡੈਪੋਟੇਸ਼ਨ ਲੱਗੀ ਆ, ਕੋਈ ਕ੍ਰਿਮੀਨਲ ਚਾਰਜ ਨਹੀਂ, ਕੋਈ ਕੁਛ ਨਹੀਂ, ਜਿਵੇਂ ਸੈਲਮ ਦਾ ਕੇਸ ਲਾਇਆ ਫੇਲ ਹੋ ਗਿਆ, ਉਹੋ ਜਿਹੇ ਬੰਦਿਆਂ ਦੇ ਜ਼ਿਆਦਾ ਪਿੱਛੇ ਨਹੀਂ ਗਏ। ਪਰ ਜੇ ਕਿਸੇ ਨੂੰ ਫੜਨ ਜਾਣ, ਕੋਈ ਕਾਬੂ ਆ ਜਾਵੇ ਤਾਂ ਛੱਡਦੇ ਵੀ ਨਹੀਂ, ਇਹ ਆ। ਪਰ ਜਿਹੜਾ ਟਾਰਗੇਟ ਇਹਨਾਂ ਦਾ ਉਹ ਆ ਜਿਹਦਾ ਕੋਈ ਕ੍ਰਿਮੀਨਲ ਰੈਕਡ ਆ। ਜੀ, ਦੂਸਰੇ ਉਹ ਬੰਦੇ ਨੇ ਜਿਹੜੇ ਅਨਡਾਕੂਮੈਂਟਡ ਇਲੀਗਲ ਜਿਹਨੂੰ ਆਪਾਂ ਕਹਿ ਲਈਏ, ਅਤੇ ਬਾਰਡਰ ਕ੍ਰੋਸ ਕਰਕੇ ਆਉਂਦੇ ਮੈਕਸੀਕੋ ਵਾਲਾ, ਉਹ ਆ ਕੇ ਅਤੇ ਇੱਥੇ ਮਤਲਬ ਆ ਕੇ ਫੜੇ ਜਾਂਦੇ, ਕੈਂਪਾਂ 'ਚ ਜਾਂਦੇ ਆ, ਅਤੇ ਉਹਨਾਂ ਦਾ ਜਿਹੜੀ ਪਹਿਲਾਂ ਕ੍ਰੈਡੀਬਲ ਫੀਅਰ ਇੰਟਰਵਿਊ ਹੁੰਦੀ ਆ, ਉਹ ਕ੍ਰੈਡੀਬਲ ਫੀਅਰ ਜਿਹੜੀ ਇੰਟਰਵਿਊ ਆ, ਪਹਿਲਾਂ ਮਤਲਬ ਪ੍ਰੈਜੀਡੈਂਟ ਓਬਾਮਾ ਵੇਲੇ 90% ਬੰਦੇ ਉਹ 'ਚ ਪਾਸ ਹੋ ਜਾਂਦੇ ਸੀ, ਅਤੇ ਸਿੱਧਾ ਕੇਸ ਇਮੀਗ੍ਰੇਸ਼ਨ ਜੱਜ ਕੋਲ ਜਾਂਦਾ ਸੀ, ਉੱਥੇ ਬੌਂਡ ਲੱਗ ਜਾਂਦਾ ਸੀ, ਬੌਂਡ 'ਤੇ ਬਾਹਰ ਆ ਜਾਂਦੇ ਸੀ ਜਾਂ ਅੰਦਰ ਹੀ ਲੜਨਾ ਪੈਂਦਾ ਸੀ। ਹੁਣ ਇਹ ਕੀ ਕਰਦੇ ਆ, ਪਿਛਲੇ 1.5 ਸਾਲ ਤੋਂ ਇਹ 80 ਤੋਂ ਵੱਧ, ਮੈਂ ਕਹੂੰਗਾ 90% ਬੰਦਿਆਂ ਨੂੰ ਉਹ ਕ੍ਰੈਡੀਬਲ ਫੀਅਰ ਇੰਟਰਵਿਊ 'ਚ ਫੇਲ ਕਰ ਦਿੰਦੇ ਆ। ਜਦੋਂ ਬੰਦਾ ਕ੍ਰੈਡੀਬਲ ਫੀਅਰ 'ਚ ਫੇਲ ਹੋ ਗਿਆ, ਉਸ ਤੋਂ ਬਾਅਦ ਉਹਦਾ ਇੱਕ ਰਾਈਟ ਆ ਇਮੀਗ੍ਰੇਸ਼ਨ ਜੱਜ ਕੋਲ ਰਿਵਿਊ ਕਰਾਉਣ ਦਾ ਉਹਨੂੰ, ਅਤੇ ਜੇ ਇਮੀਗ੍ਰੇਸ਼ਨ ਜੱਜ ਵੀ ਉਹਨੂੰ ਉਹ 'ਚ ਫੇਲ ਕਰ ਦੇਵੇ, ਅਤੇ ਉਸ ਤੋਂ ਬਾਅਦ ਕੀ ਹੁੰਦਾ ਵੀ ਉਹ ਬੰਦਾ ਨਾ ਤਾਂ ਸੈਲਮ ਲਾ ਸਕਦਾ, ਨਾ ਉਹ ਬੌਂਡ ਅਪਲਾਈ ਕਰ ਸਕਦਾ, ਨਾ ਉਹ ਅਪੀਲ ਕਰ ਸਕਦਾ। ਜੀ, ਅਤੇ ਉਹੋ ਜਿਹਾ ਨੂੰ ਇਹ ਫਿਰ ਸਮਾਂ ਪਾ ਕੇ ਜਦੋਂ ਟਰੈਵਲ ਡਾਕੂਮੈਂਟ ਜਿਹੜਾ ਹੁੰਦਾ ਉਹ ਬਣ ਗਿਆ, ਮਤਲਬ ਜਿਹੜਾ ਉਹ ਪਾਸਪੋਰਟ ਬਣਾਉਂਦੇ ਆ ਮਤਲਬ ਅੰਬੈਸੀ ਤੋਂ, ਉਹਨੂੰ ਅਸੀਂ ਟਰੈਵਲ ਡਾਕੂਮੈਂਟ ਕਹਿ ਦਿੰਦੇ ਹਾਂ, ਉਹ ਲੈ ਕੇ ਤਾਂ ਇੱਥੋਂ ਇਹ ਡਿਪੋਰਟ ਕਰ ਦਿੰਦੇ ਆ। ਜਾਂ ਫਿਰ ਕਿਸੇ ਦਾ ਕੇਸ ਅੰਦਰ ਲੱਗ ਗਿਆ, ਉਹਦਾ ਬੌਂਡ ਨਹੀਂ ਹੋਇਆ, ਅੰਦਰ ਹੀ ਫੇਲ ਹੋ ਗਿਆ ਕੇਸ, ਅਤੇ ਉਹੋ ਜਿਹਾ ਨੂੰ ਵੀ ਇਹ ਡਿਪੋਰਟ ਕਰਦੇ ਆ, ਉਹਨਾਂ ਨੂੰ ਇਹ ਡਿਪੋਰਟ ਕਰ ਰਹੇ ਆ। ਅਤੇ ਇਹ ਤਕਰੀਬਨ ਹਰ ਹਫ਼ਤੇ 10 ਦਿਨ ਬਾਅਦ 100-125 ਬੰਦਾ ਇੱਥੋਂ ਮਤਲਬ ਭੇਜਦੇ ਆ। ਟ੍ਰੈਂਡ ਇਹ ਆ ਵੀ ਇੱਥੋਂ ਜਿਹੜਾ ਫੜਿਆ ਜਾਂਦਾ ਕਿਸੇ ਸਟੇਟ 'ਚੋਂ ਵੀ, ਉਹਨੂੰ ਚੱਕ ਕੇ ਲੈ ਜਾਂਦੇ ਲੂਜ਼ੀਆਨਾ। ਜੀ ਜੀ, ਲੂਜ਼ੀਆਨਾ ਤੋਂ ਫਿਰ ਅੱਗੇ ਭੇਜਦੇ ਆ। ਜੀ ਜੀ, ਇਹ ਆ।
ਅਤੇ ਉਹ ਤਾਂ ਚਲੋ ਹੁਣ ਦੇਖੋ ਗੱਲ ਇਹ ਆ ਵੀ ਕਾਨੂੰਨ ਬਣਿਆ ਹੋਇਆ ਅਤੇ ਕਾਨੂੰਨ ਦੀ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਕਰਨਾ ਤਾਂ ਗੌਰਮੈਂਟ ਦਾ ਹੱਕ ਆ, ਉਹਦੇ 'ਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੰਪਲੀਮੈਂਟੇਸ਼ਨ ਕਿਉਂ ਹੋ ਰਹੀ ਆ, ਸੋ ਇੰਪਲੀਮੈਂਟੇਸ਼ਨ ਤਾਂ ਉਹ 'ਚ ਹੋਣੀ ਆ। ਪਰ ਇਹ ਜ਼ਰੂਰ ਆ ਕਿ ਜਿਹੜੀ ਮਤਲਬ ਉਹਦੇ 'ਚ ਜਿਹੜੇ ਬੰਦਿਆਂ 'ਤੇ ਡੈਪੂਟੇਸ਼ਨ ਲੱਗੀ ਹੋਈ ਆ ਉਹਨਾਂ ਨੂੰ ਚਾਹੀਦਾ ਵੀ ਉਹਦੀ ਕੋਈ ਜਿਹੜੀ ਆਪਣਾ ਕੇਸ ਰੀਓਪਨ ਵਗੈਰਾ ਕਰਾਉਣ ਜਾਂ ਡੈਪੂਟੇਸ਼ਨ ਕਰਾਉਣ ਉਹਦੇ ਬਾਰੇ ਕੁਛ ਕਰਨਾ ਚਾਹੀਦਾ, ਇਹ ਨਾ ਇਹ ਹੋਵੇ ਵੀ ਅਗਲੀ ਵਾਰੀ ਇਹ ਵਾਰੀ ਉਹਨਾਂ ਦੀ ਆ ਜਾਵੇ। ਸੋ ਇਸ ਕਰਕੇ ਕਿਉਂਕਿ ਜਿਹੜੀ ਮਤਲਬ ਓਬੀਅਸਲੀ ਹੈਗੀ ਆ ਗਵਰਨਮੈਂਟ ਦੀ ਸਖਤੀ ਆ ਪੋਲਿਸੀ ਆ ਡਿਪੋਰਟ ਕਰੋ, ਪਰ ਜਿਹੜੇ ਜੇਲ੍ਹਾਂ 'ਚ ਬੰਦਿਆਂ 'ਤੇ ਡੈਪੂਟੇਸ਼ਨ ਲੱਗੀ ਆ ਉਹਨਾਂ ਬਾਰੇ ਕੁਛ ਨਹੀਂ ਹੋ ਸਕਦਾ, ਉਹਨਾਂ ਨੂੰ ਇਹਨਾਂ ਨੇ ਡਿਪੋਰਟ ਕਰਨਾ। ਚਲੋ ਇਹ ਤਾਂ ਹੋ ਗਈ ਇੱਧਰਲੀ ਗੱਲ, ਇੱਕ ਥੋੜ੍ਹੀ ਜਿਹੀ ਆਪਾਂ ਇੰਡੀਆ ਵੱਲ ਨੂੰ ਜਾਂ ਹੋਰ ਜਿਹੜੇ ਬਾਹਰਲੇ ਮੁਲਕ ਆ ਉੱਧਰ ਨੂੰ ਜਾਈਏ, ਅਤੇ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਆਪਾਂ ਆਪਣੇ ਕੰਟਰੀ ਤੋਂ ਲੈਂਦੇ ਹਾਂ ਪਹਿਲਾਂ ਇੰਡੀਆ ਦਾ, ਕੁਛ ਲੋਕ ਇਨਵੈਸਟਮੈਂਟ ਜਿਵੇਂ ਕਰਨਾ ਚਾਹੁੰਦੇ ਆ EB-5 ਵੀਜ਼ਾ ਜਾਂ L-1 ਵੀਜ਼ਾ, ਕੀ ਉਹ ਹੁਣ ਪ੍ਰੋਸੈਸ ਹੈਗਾ ਕਿ ਥੋੜ੍ਹਾ ਜਿਹਾ ਉਹਨਾਂ ਨੂੰ ਵੇਟ ਕਰਨਾ ਪਊਗਾ? ਜਿਹੜਾ ਤਾਂ ਰੰਧਾਵਾ ਸਾਹਿਬ L-1 ਆ ਉਹ ਤਾਂ ਇਹਨਾਂ ਨੇ ਬੈਨ ਲਾਇਆ ਹੋਇਆ ਦਸੰਬਰ ਤੱਕ। L-1 ਹੁੰਦਾ ਇੰਟਰ ਕੰਪਨੀ ਟ੍ਰਾਂਸਫਰੀ ਵੀਜ਼ਾ, ਮਤਲਬ ਆ ਵੀ ਜੇ ਕਿਸੇ ਦੀ ਬਾਹਰ ਕੰਪਨੀ ਆ ਕੋਈ ਅਤੇ ਉਹ ਆਪਣੀ ਜਿਵੇਂ ਕੋਈ ਬੰਦਾ ਫਰਜ਼ ਕਰੋ ਇੰਡੀਆ ਤੋਂ ਇੰਡੀਅਨ ਕੋਈ ਚੀਜ਼ ਇੱਥੇ ਜਿਵੇਂ ਇੰਡੀਅਨ ਕੱਪੜੇ ਜਾਂ ਇੰਡੀਅਨ ਗਰੋਸਰੀ ਇੱਥੇ ਭੇਜਦਾ ਜਾਂ ਇੰਡੀਅਨ ਜੁਐਲਰੀ ਭੇਜਦਾ, ਠੀਕ ਹੈ, ਮਤਲਬ ਐਡੇ ਅੱਡ ਅੱਡ ਸਟੋਰਾਂ ਨੂੰ ਜਾਂ ਕੋਈ ਵੀ ਸਮਾਨ ਭੇਜਦਾ ਇੰਡੀਆ ਤੋਂ, ਉਹ ਚਾਹੁੰਦਾ ਵੀ ਮੈਂ ਇੱਥੇ ਆਪਣੀ ਬ੍ਰਾਂਚ ਖੋਲ੍ਹ ਕੇ ਅਤੇ ਉਹਨੂੰ ਮੈਂ ਐਕਸਪੈਂਡ ਕਰ ਸਕਾਂ, ਮੈਂ ਜ਼ਿਆਦਾ ਜਾਂ ਮੈਂ ਇੱਥੋਂ ਕੋਈ ਚੀਜ਼ ਉੱਥੇ ਇੰਪੋਰਟ ਕਰ ਸਕਾਂ, ਅਤੇ ਉਹ L-1 ਅਪਲਾਈ ਕਰਦਾ ਤਾਂ ਉਹ ਉਹਦਾ ਇੱਕ ਮੈਨੇਜਰ ਕੋਈ ਅਤੇ ਆਪ ਹੀ ਹੋ ਸਕਦਾ ਉਹ ਜਾਂ ਕੋਈ ਹੋਰ ਬੰਦਾ ਉਹ ਇੱਥੇ ਉਹਨੂੰ L-1 ਦਵਾ ਕੇ ਛੱਡਦਾ, ਫਿਰ ਉਹ ਬੰਦਾ ਆਪਣਾ ਆਫਿਸ ਸੈਟਅਪ ਕਰਦਾ ਅਤੇ ਉਹ ਇਹਦੇ ਉੱਤੇ ਫਿਰ ਆਪਣਾ ਬਿਜ਼ਨਸ ਨੂੰ ਜਿਹੜਾ ਦਿਖਾਉਣਾ ਪੈਂਦਾ ਬਾਅਦ 'ਚ ਉਹਨੂੰ ਐਕਸਟੈਂਡ ਕਰਾਉਣ ਲਈ ਉਹ ਸਾਲ ਦਾ ਮਿਲ ਜਾਂਦਾ। ਉਹ ਜਿਹੜਾ ਵੀਜ਼ਾ ਉਹ ਦਸੰਬਰ ਤੱਕ ਇਹਨਾਂ ਨੇ ਬੰਦ ਕੀਤਾ ਹੋਇਆ ਅਤੇ ਉਹਦੇ ਨਾਲ ਨਾਲ H-1 ਵੀ ਬੰਦ ਕੀਤਾ, ਇਹਦਾ ਆਪਾਂ ਗੱਲ ਕਰਕੇ ਹਟੇ ਹਾਂ ਕੇਸ ਉਹਨਾਂ ਨੇ ਕੀਤਾ ਹੈਗਾ ਇੱਥੋਂ ਦੀ ਇੰਡਸਟਰੀ ਨੇ ਕਿ ਜਿਹੜਾ H-1 ਸਾਨੂੰ ਲੋੜ ਆ ਵੀ ਗਲਤ ਆ ਜਿਹੜਾ ਇਹ 'ਤੇ ਬੈਨ ਲਾਇਆ। ਉਦੋਂ ਬਾਅਦ ਜਿਹੜੇ ਹਾਂ ਅਤੇ ਜਿਹੜਾ ਸਟੂਡੈਂਟ ਵੀਜ਼ਾ ਮਤਲਬ F-1 ਵੀਜ਼ਾ ਉਹ ਵੀ ਕੀਤਾ ਅਤੇ J-ਵੀਜ਼ਾ ਵੀ ਕੀਤਾ। ਹੁਣ ਜਿਹੜੀ ਗੱਲ ਆ ਗਈ EB-5 ਦੀ, EB-5 ਬੰਦ ਨਹੀਂ ਕੀਤਾ, EB-5 ਤਾਂ ਹੋ ਰਿਹਾ ਪਰ ਉਹਦੇ ਵਿੱਚ ਵੀ ਅਜੇ ਮਤਲਬ ਕਈ ਕਿਸਮ ਦੀਆਂ ਰਿਸਟ੍ਰਿਕਸ਼ਨਸ ਨੇ ਅਤੇ ਅਜੇ ਕਲੈਰਟੀ ਨਹੀਂ ਹੈਗੀ। ਸੋ ਲੈਟ ਸੀ ਕਿ ਹੁਣ ਨਵਾਂ ਇਹ ਕੀ ਹੁਣ ਇੱਕ ਕਿਹਾ ਮਤਲਬ ਪ੍ਰੈਜੀਡੈਂਟ ਟਰੰਪ ਨੇ ਕਿ ਆਹ ਮਹੀਨੇ ਮਤਲਬ ਸ਼ਾਇਦ ਜੁਲਾਈ ਦੇ ਐਂਡ 'ਚ ਅਗਲੇ ਹਫ਼ਤੇ ਜਾਂ ਅਗਲੇ ਮਹੀਨੇ 'ਚ ਇੱਕ ਹੋਰ ਐਗਜ਼ੈਕਟਿਵ ਆਰਡਰ ਕਰਨਗੇ ਅਤੇ ਉਹਦੇ ਵਿੱਚ ਉਹ ਕਹਿੰਦੇ ਵੀ ਜਿਹੜੇ ਡਾਕਾ ਵਾਲੇ ਹੈਗੇ ਜਿਹੜੇ ਬੱਚੇ ਇੱਥੇ ਆਪਣੇ ਮਤਲਬ ਪੇਰੈਂਟਸ ਦੇ ਨਾਲ ਅਨਡਾਕੂਮੈਂਟਡ ਆਏ ਸੀ ਛੋਟੀ ਉਮਰ 'ਚ ਜਿਹੜੇ ਇੱਥੇ ਉਹਨਾਂ ਨੂੰ ਹਾਂ ਜਿਹੜੇ ਪਹਿਲਾਂ ਪੜ੍ਹਦੇ ਸੀ, ਕਿਉਂਕਿ ਇਹ ਜਿਹੜਾ ਡਾਕਾ ਦਾ ਪ੍ਰੋਗਰਾਮ ਹੈ ਇਹ ਪ੍ਰੈਜੀਡੈਂਟ ਓਬਾਮਾ ਨੇ ਸ਼ੁਰੂ ਕੀਤਾ ਸੀਗਾ ਅਤੇ ਉਹ ਕਹਿ ਰਹੇ ਆ ਵੀ ਇਹਨਾਂ ਨੂੰ ਉਹ ਸ਼ਾਇਦ ਕੋਈ ਰਿਲੀਫ ਦੇਣ, ਕੋਈ ਮਤਲਬ ਪੱਕੇ ਹੋਣ ਦਾ ਗੁਰਾਹ ਕੱਢਣ ਅਤੇ ਉਹਦੇ ਵਿੱਚ ਕੁਛ ਹੋਰ ਵੀ ਸ਼ਾਇਦ ਹੋਏਗਾ, ਮਤਲਬ ਹੋਰ ਕੈਟੇਗਰੀਜ਼ ਬਾਰੇ ਵੀ ਹੁਣ ਪਤਾ ਨਹੀਂ ਕੀ ਹੋਏਗਾ। ਸੋ ਇਸ ਕਰਕੇ ਉਹਦਾ ਆਪਾਂ ਨੂੰ ਵੇਟ ਕਰਨੀ ਪੈਣੀ ਆ। ਸੋ ਹੁਣ ਦੇਖਦੇ ਹਾਂ ਕਿ ਆਉਂਦੇ ਦਿਨਾਂ ਦੇ ਵਿੱਚ ਕੀ ਨਵਾਂ ਇਮੀਗ੍ਰੇਸ਼ਨ ਬਾਰੇ ਫੈਸਲਾ ਹੁੰਦਾ। ਜਿਹੜੇ ਨੇ ਉੱਥੋਂ ਦੀਆਂ ਇਮੀਗ੍ਰੇਸ਼ਨ ਆਫਿਸ ਕਦੋਂ ਤੱਕ ਉਹਨਾਂ 'ਤੇ ਬੈਨ ਹੈਗਾ ਜਾਂ ਬੰਦ ਹੈ, ਬੰਦ ਰਹਿਣਗੇ ਵੀ ਮਤਲਬ ਕਿਉਂਕਿ ਜਿਸ ਹਿਸਾਬ ਨਾਲ ਇਹ ਆਊਟ ਆਫ ਕੰਟਰੋਲ ਆ ਉਸ ਹਿਸਾਬ ਨਾਲ ਜਿਹੜਾ ਸਾਰਾ ਟਾਈਮ ਟੇਬਲ ਆ ਉਹਦੇ ਮੁਤਾਬਕ ਚੇਂਜ ਹੋ ਰਿਹਾ ਜੀ ਜੀ। ਤੋ ਇਹ ਸਮੇਂ 'ਤੇ ਆਪਾਂ ਦੱਸਦੇ ਰਹਾਂਗੇ ਜੀ ਜਿੱਦਾਂ ਵੀ ਹੋਏਗਾ। ਅਖੀਰ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਥੋਂ ਦੱਸ ਦਿੱਤੇ? ਉਹਦੇ ਨਾਲ ਨਾਲ ਜਿਹੜੀ ਇਮੀਗ੍ਰੇਸ਼ਨ ਦੀ ਅਪਡੇਟ ਆ ਉਹ ਜਿਹੜੀਆਂ ਅਫਵਾਹਾਂ ਨੇ ਉਹਨਾਂ 'ਤੇ ਨਾ ਜਾਓ ਜੀ ਜੀ। ਜਿਵੇਂ ਹਰੇਕ ਜਿਹੜਾ ਗਵਰਨਮੈਂਟ ਦਾ ਡਿਪਾਰਟਮੈਂਟ ਉਹਦੀ ਇੱਕ ਵੈਬਸਾਈਟ ਆ ਜੀ, ਜਿਵੇਂ DHS ਦੀ ਆਪਣੀ ਆ, ਜਿਹੜੀ EOIR ਦੀ ਆਪਣੀ, USCIS ਦੀ ਆਪਣੀ, ਸਾਰਿਆਂ ਦੀ, ਈਵਨ ਸਟੇਟ ਡਿਪਾਰਟਮੈਂਟ ਦੀ ਆ, ਉਹਨਾਂ ਤੋਂ ਜਾਣਕਾਰੀ ਲਓ ਅਤੇ ਤਾਂ ਕਿ ਜਾਂ ਜਿਵੇਂ ਆਪਾਂ ਜਾਣਕਾਰੀ ਦਿੰਦੇ ਹਾਂ ਪ੍ਰੋਗਰਾਮਾਂ ਰਾਹੀਂ ਅਤੇ ਉਹ ਲਓ। ਇਹ ਨਹੀਂ ਵੀ ਜਿਵੇਂ ਕਿਸੇ ਨੇ ਕਹਿਤਾ ਵੀ ਆਹ ਹੋ ਗਿਆ ਉਹ ਹੋ ਗਿਆ, ਮਤਲਬ ਉਸ ਹਿਸਾਬ ਦੇ ਨਾਲ ਅਫਵਾਹਾਂ ਤੋਂ ਬਚੋ। ਬਹੁਤ ਅੱਛਾ ਜੀ ਜਸਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ ਤੁਹਾਡਾ ਵੀ ਕੋਈ ਸਵਾਲ ਇਮੀਗ੍ਰੇਸ਼ਨ ਬਾਬਤ ਹੋਵੇ ਪੂਰੇ ਅਮਰੀਕਾ ਭਰ ਵਿੱਚ, ਜਿਵੇਂ ਪਹਿਲਾਂ ਵੀ ਦੱਸਦੇ ਹੁੰਦੇ ਹਾਂ ਕਿ ਸਰਦਾਰ ਜਸਪ੍ਰੀਤ ਸਿੰਘ ਹੋਰੀ ਆਪਣੀ ਸੇਵਾਵਾਂ ਦਿੰਦੇ ਆ, ਉਹਨਾਂ ਦਾ ਫੋਨ ਨੰਬਰ ਸਾਡੀ ਸਕਰੀਨ 'ਤੇ ਹੈਗਾ 9179154142। ਐਨੀ ਟਾਈਮ ਜਦੋਂ ਮਰਜ਼ੀ ਤੁਸੀਂ ਕਾਲ ਕਰੋ, ਜੇ ਉਹ ਤੁਹਾਨੂੰ ਜੇ ਨਹੀਂ ਵੀ ਫੋਨ ਚੱਕ ਰਿਹਾ ਕਿਉਂਕਿ ਇਹ ਕਾਫੀ ਬਿਜ਼ੀ ਹੈ, ਅੱਜ ਵੀ ਫੋਨ ਬੰਦ ਕਰਕੇ ਬੈਠੇ ਆ, ਕਾਫੀ ਦੇਰ ਪਹਿਲਾਂ ਸਾਨੂੰ ਇਹਨਾਂ ਦੀ ਵੇਟ ਕਰਨੀ ਪਈ ਸਟੂਡੀਓ 'ਚ ਜਦੋਂ ਇਹ ਆਏ ਆ, ਇਹ ਫੋਨ 'ਤੇ ਹੀ ਸੀਗੇ ਸਾਰਾ ਦਿਨ, ਇਹਨਾਂ ਦੇ ਫੋਨ ਚੱਲਦੇ ਆ, ਪਰ ਇਹ ਨਾ ਕਿਹੋ ਕਿ ਤੁਹਾਡਾ ਫੋਨ ਨਹੀਂ ਚੱਕਿਆ ਤਾਂ ਤੁਹਾਨੂੰ ਜਵਾਬ ਨਹੀਂ ਦੇਣਗੇ। ਤੁਸੀਂ ਆਪਣਾ ਟੈਕਸਟ ਮੈਸੇਜ ਵੀ ਛੱਡ ਸਕਦੇ ਹੋ ਅਤੇ ਤੁਹਾਨੂੰ ਜ਼ਰੂਰ ਰਿਪਲਾਈ ਜਿਹੜੀ ਆ, ਫ੍ਰੀ ਸੇਵਾ ਜਿਹੜੀ ਆ, ਉਹ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸਵਾਲ ਹੋਵੇ ਉਹ ਜ਼ਰੂਰ ਦੇਣਗੇ। ਸਰ ਜਸਪ੍ਰੀਤ ਸਿੰਘ ਜੀ, ਇੱਕ ਵਾਰੀ ਫਿਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਟਾਈਮ ਕੱਢਦੇ ਹੋ ਅਤੇ ਅਗਲੀ ਮੁਲਾਕਾਤ 'ਚ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਹੋਣਗੀਆਂ ਅਤੇ ਆਪਣੇ ਅਸੀਂ ਇਮੀਗ੍ਰੇਸ਼ਨ ਦੀਆਂ ਜਾਣਕਾਰੀ ਜਿਹੜੀ ਆ ਉਹ ਸਾਡੇ ਦਰਸ਼ਕਾਂ ਨੂੰ ਦੇਵਾਂਗੇ। ਧੰਨਵਾਦ ਜੀ, ਥੈਂਕ ਯੂ।